ਹਾਂ ਜੀ ਦੋਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚਰਨਾ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲ ਜਾਈ ਰਹੀ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦਾ 7th ਨੰਬਰ ਪਾਰਟ ਡਿਸਕਸ ਕਰਾਂਗੇ ਜਿਸ ਦੇ ਵਿੱਚ ਆਪਾਂ 5000 ਐਮ ਐਸ ਕਿਊ ਸੋ ਇਹ ਤੁਹਾਨੂੰ ਮਾਸਟਰ ਕੈਡਰ ਐਨਟੀਟੀ ਪੀਐਸਟ ਪਟਵਾਰੀ ਤੇ ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਹੋਰ ਕੰਪੀਟੀਸ਼ਨ ਐਗਜ਼ਾਮ ਜੋ ਪੰਜਾਬ ਦੇ ਵਿੱਚ ਹੁੰਦੇ ਆ ਜਿੱਥੇ ਵੀ ਪੰਜਾਬ ਦੀ ਜੀਕੇ ਆਵੇਗੀ ਉਹਨਾਂ ਸਾਰਿਆਂ ਨੂੰ ਕਵਰ ਕਰੇਗੀ ਸੋ 5000 ਪਲੱਸ ਦੇ ਕਰੀਬ ਇਹ ਕੁਐਸਚਨ ਰਹਿਣਗੇ ਅੱਜ ਆਪਣਾ 7ਥ ਨੰਬਰ ਜਿਹੜਾ ਹੈ ਇਸ ਦਾ ਪਾਰਟ ਹੈਗਾ ਸੋ ਇਹ ਸਾਰੇ ਮਿਕਸ ਅਪ ਕੁਐਸਚਨ ਹੋਣਗੇ ਮਤਲਬ ਕਿ ਕੋਈ ਕਿਤੋਂ ਤੇ ਕੋਈ ਕਿਤੋਂ ਅਲੱਗ-ਅਲੱਗ ਟੌਪਿਕਸ ਦੇ ਵਿੱਚ ਹੋਣਗੇ ਜਾਨੀ ਕਿ ਤੁਹਾਡੀ ਪੂਰੀ ਜੀਕੇ ਜਿਹੜੀ ਇੱਕ ਤਾਂ ਚੈੱਕ ਹੋ ਜਾਣੀ ਕਿ ਤੁਹਾਨੂੰ ਕਿੰਨਾ ਕੁ ਪਤਾ ਇਹਨਾਂ ਚੀਜ਼ਾਂ ਦੇ ਬਾਰੇ ਤੇ ਬਾਕੀ ਤੁਹਾਡਾ ਇੱਕ ਟੌਪਿਕ ਜਿਹੜਾ ਉਹ ਤਿਆਰ ਹੋ ਜਾਇਆ ਇਸ ਤੋਂ ਲਾ ਬਾਪ ਪੰਜਾਬ ਦੇ ਜੀਓਗ੍ਰਾਫੀ ਦੀ ਹਿਸਟਰੀ ਦੀ ਤੇ ਪੋਲੀਟਿਕਲ ਦੀਆਂ ਅਲੱਗ-ਅਲੱਗ ਤੋਂ ਪਲੇਲਿਸਟਾਂ ਵੀ ਬਣਾਈਆਂ ਹੋਈਆਂ ਨੇ ਗਿਆ ਜੋ ਮਾਸਟਰ ਕਿਡਰ ਵਾਲੇ ਪਾਰਟ 'ਚ ਪਈਆਂ ਨੇ ਉੱਥੋਂ ਤੁਸੀਂ ਜਾ ਕੇ ਉਹ ਜਿਹੜੀਆਂ ਕਲਾਸਿਸ ਦੇਖ ਸਕਦੇ ਹੋਗੇ ਜੋ ਟੌਪਿਕ ਵਾਈਜ਼ ਵੀ ਨੇ ਗਿਆ ਪੂਰਾ ਤੁਹਾਨੂੰ ਥਿਊਰੀ ਵਾਲਾ ਪਾਰਟ ਵੀ ਕਵਰ ਕਰ ਦੇਣੀ ਹੈ ਤੇ ਉਹ ਸਾਰੇ ਦੇ ਸਾਰੇ ਤੁਹਾਨੂੰ ਚੈਨਲ ਦੇ ਉੱਪਰ ਅਵੇਲੇਬਲ ਹੋ ਜਾਣਗੇ ਇਹ ਮਿਕਸ ਆਪਾ ਤਾਂ ਕਿ ਤੁਸੀਂ ਆਪਣਾ ਜਿਹੜਾ ਸਮ ਅਪ ਕਰੋ ਉਸ ਦੇ ਲਈ ਹੈਗਾਗਾ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੇ ਨਾਲ ਸੰਬੰਧ ਮਟੀਰੀਅਲ ਜਿਹੜਾ ਹੈ ਜੋ MCQ ਵਗੈਰਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਸੋ ਜਿੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਜ਼ਰ ਆਉਂਦੀ ਆ ਤਾਂ ਜ਼ਰੂਰ ਉਸ ਨੂੰ ਮੈਂਸ਼ਨ ਕਰਦਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਸਟੂਡੈਂਟਸ ਥਿਉਰੀ ਕਲਾਸਿਸ ਜੁਆਇਨ ਕਰਨਾ ਚਾਹੁੰਦੇ ਆ ਪਲੱਸ ਟੈਸਟਸ ਜੁਆਇਨ ਕਰਨਾ ਚਾਹੁੰਦੇ ਆ ਤਾਂ ਉਹ ਪਲੇਲਿਸਟ ਦੇ ਵਿੱਚੋਂ ਪਲੇ ਸਟੋਰ ਦੇ ਵਿੱਚੋਂ ਜਾ ਕੇ ਸੌਰੀ ਐਪ ਡਾਊਨਲੋਡ ਕਰ ਸਕਦੇ ਆ ਜਿੱਥੇ ਤੁਹਾਨੂੰ ਇਹ ਸਾਰਾ ਮਟੀਰੀਅਲ ਜਿਹੜਾ ਹੈ ਐਪ ਦੇ ਉੱਪਰ ਮਿਲ ਜਾਵੇਗਾ ਸੋ ਉੱਥੇ ਜਾ ओके ਤਾਂ ਸ਼ੁਰੂ ਕਰਦੇ ਆਂ ਜੀ ਦਾ ਸੈਸ਼ਨ 151 ਨੰਬਰ ਕੁਐਸਚਨ ਆਪਣੇ ਕੋਲੇ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਵਿਅਕਤੀ ਪੰਜਾਬੀ ਲੇਖਕ ਨਹੀਂ ਹੈ ਸ਼ੋਭਾ ਸਿੰਘ ਭਾਈ ਕਾਨ ਸਿੰਘ ਨਾਵਾ ਖੁਸ਼ਵੰਤ ਸਿੰਘ ਜਾਂ ਕਰਤਾਰ ਸਿੰਘ ਦੁੱਗਲ ਸੋ ਇਹਨਾਂ ਦੇ ਵਿੱਚੋਂ ਆਪਾਂ ਦੱਸਣਾ ਹੈ ਕਿ ਪੰਜਾਬੀ ਦਾ ਲੇਖਕ ਕਿਹੜਾ ਨਹੀਂ ਹੈ ਪੇਪਰ ਦੇ ਵਿੱਚ ਵੀ ਇਹ ਸਵਾਲ ਬਹੁਤ ਜ਼ਿਆਦਾ ਹੁੰਦੇ ਹੁੰਦੇ ਆ ਨਹੀਂ ਵਾਲੇ ਬਈ ਸੋਥੇ ਕਈ ਵਾਰ ਅਸੀਂ ਮਿਸਟੇਕ ਵੀ ਕਰ ਦਿੰਨੇ ਹੁੰਦੇ ਆਂ ਇਨ੍ਹਾਂ ਦੇ ਵਿੱਚੋਂ ਲੇਖਕਾਂ ਦੇ ਵਿੱਚ ਨਹੀਂ ਆਉਂਦਾ ਜੀ ਸ਼ੋਭਾ ਸਿੰਘ ਕਿਉਂਕਿ ਇਹ ਪੰਜਾਬ ਦਾ ਇੱਕ ਪ੍ਰਸਿੱਧ ਚਿੱਤਰਕਾਰ ਹੈ ਨਾ ਕਿ ਲੇਖਕ ਹੈ ਜਿਸ ਦੇ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਭਗਤ ਸਿੰਘ ਦੇ ਅਤੇ ਹੋਰ ਕਈ ਮਹਾਨ ਸ਼ਖਸੀਤਾਂ ਦੇ ਜਿਹੜੇ ਚਿੱਤਰ ਹੈ ਉਹ ਬਣਾਏ ਗਏਗੇ ਨੇ ਸੋ ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਹੈ ਉਹ ਚਿੱਤਰਕਾਰਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਆਉਂਦਾ ਹੈ ਪੰਜਾਬ ਦੇ ਵਿੱਚ ਬਾਕੀ ਤਿੰਨ ਜਿਹੜੇ ਆ ਉਹ ਪੰਜਾਬ ਦੇ ਲੇਖਕ ਹੈ ਜੀ ਜਿਦੇ ਵਿੱਚੋਂ ਭਾਈ ਕਾਨ ਸਿੰਘ ਨਾਭਾ ਜਿਨ੍ਹਾਂ ਦੇ ਦੁਆਰਾ ਮਹਾਨ ਕੋਸ਼ ਲਿਖਿਆ ਗਿਆ ਹੈ ਲਗਭਗ ਸਾਰੇ ਤੁਸੀਂ ਜਾਣਦੇ ਹੋ ਓਕੇ ਖੁਸ਼ਵੰਤ ਸਿੰਘ ਜਿਹੜੇ ਕਿ ਪੰਜਾਬ ਦੇ ਬਾਰੇ ਲਿਖਦੇ ਹੈਗੇ ਜਿਨ੍ਹਾਂ ਦੇ ਵਿੱਚ ਦਾ ਹਿਸਟਰੀ ਆਫ ਸਿਕਸ ਹਿਸਟਰੀ ਆਫ ਸਿਕਸ ਇਹਨਾਂ ਦੀ ਪੁਸਤਕ ਹੈ ਜੀ ਐਂਡ ਟ੍ਰੇਨ ਟੂ ਪਾਕਿਸਤਾਨ ਕਾਫੀ ਚਰਚਿਤ ਪੁਸਤਕ ਰਹੀ ਹੈ ਇਹਨਾਂ ਦੀ ਟ੍ਰੇਨ ਟੂ ਪਾਕਿਸਤਾਨ ਐਂਡ ਟ੍ਰੈਜ਼ਰੀ ਆਫ ਪੰਜਾਬ ਟ੍ਰੈਜ਼ਰੀ ਆਫ ਪੰਜਾਬ ਇਹ ਤਿੰਨ ਪੁਸਤਕਾਂ ਜਿਹੜੀਆਂ ਖੁਸ਼ਵੰਤ ਸਿੰਘ ਦੀਆਂ ਨੇ ਜੀ ਅਤੇ ਕਰਤਾਰ ਸਿੰਘ ਦੁੱਗਲ ਜਿਹੜੇ ਆ ਜੀ ਇਹ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਨੇਗੇ ਜਿਨ੍ਹਾਂ ਦੇ ਆ ਕੁਝ ਕਹਾਣੀ ਸੰਗ੍ਰਹਿ ਆਪਾਂ ਚਰਚਾਤ ਕਰਾਂਗੇ ਜਿਵੇਂ ਕਿ ਇੱਕ ਛਿੱਟ ਚਾਨਣ ਦੀ ਜਿਨ੍ਹਾਂ ਨੂੰ ਸਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਹੈਗਾ ਇਹ ਇੱਕ ਛਿੱਟ ਚਾਨਣ ਦੀ ਦੂਸਰਾ ਇਹਨਾਂ ਦਾ ਹੈ ਜੀ ਫੁੱਲ ਤੋੜਨਾ ਮਨਾ ਇਹ ਵੀ ਇੱਕ ਕਹਾਣੀ ਸੰਗ੍ਰਹਿ ਹੈ ਜੀ ਫੁੱਲ ਤੋੜਨਾ ਮਨਾ ਹੈ ਏ ਵੀ ਇਹਨਾਂ ਦੇ ਇੱਕ ਕਹਾਣੀ ਸੰਗ੍ਰਹਿ ਹੈ ਅਤੇ ਭਾਬੀ ਜਾਨ ਇਹ ਪ੍ਰਸਿੱਧ ਇਹਨਾਂ ਦੇ ਜਿਹੜੇ ਹੈਗੇ ਅੱਗੇ ਕਹਾਣੀ ਸੰਗ੍ਰਹਿ ਹੈਗੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਨੇ ਉਹ ਤੁਸੀਂ ਪੰਜਾਬੀ ਵਾਲੇ ਪਾਰ ਚ ਜਾ ਕੇ ਦੇਖ ਸਕਦੇ ਹੋ ਬਾਕੀ ਜਿਵੇਂ ਜਿਵੇਂ ਆਪਣੀਆਂ ਕਲਾਸਾਂ ਚ ਚੱਲਦੇ ਰਹੇ ਨੀ ਆ ਉਹਨਾਂ ਦੇ ਨਾਲ ਨਾਲ ਵੀ ਮੈਂ ਐਲੈਬੋਰੇਟ ਤੁਹਾਨੂੰ ਕਰਦਾ ਰਹੂੰਗਾ ਨੈਕਸਟ ਹੈ ਜੀ 52 ਨੰਬਰ ਹੇਠ ਲਿਖਨ ਦੇ ਵਿੱਚੋਂ ਕਿਹੜੀ ਸ਼ਖਸੀਅਤ ਦਾ ਸਬੰਧ ਪੰਜਾਬ ਦੇ ਆਧੁਨਿਕ ਕਾਲ ਨਾਲ ਨਹੀਂ ਹੈ ਜੀ ਨਵਾਬ ਕਪੂਰ ਸਿੰਘ ਦਾ ਜੱਸਾ ਸਿੰਘ ਆਲੂਵਾਲੀਆ ਦਾ ਜਾਂ ਜੱਸਾ ਸਿੰਘ ਰਾਮਗੜੀਆ ਤੇ ਜਾਂ ਫਿਰ ਪ੍ਰਕਾਸ਼ ਸਿੰਘ ਬਦਲ ਦਾ ਸੋ ਆਧੁਨਿਕ ਕਾਲ ਦੇ ਨਾਲ ਸੰਬੰਧਤ ਹੈ ਜਿਨ੍ਹਾਂ ਦੇ ਵਿੱਚੋਂ ਕਿਹੜੀ ਸ਼ਖਸੀਅਤ ਹੈ ਉਹ ਹੈ ਪ੍ਰਕਾਸ਼ ਸਿੰਘ ਬਾਦਲ ਸੋ ਇਹ ਲਾਸਟ ਹੀ ਜਿਹੜੇ ਹੈ ਕੁਝ ਦਿਨ ਪਹਿਲਾਂ ਇਹਨਾਂ ਦਾ ਦਿਹਾਂਤ ਹੋ ਗਿਆ ਸੋ ਹੁਣ ਵਰਤਮਾਨ ਸਮੇਂ ਪੰਜਾਬ ਦੇ ਵਿੱਚ ਇਹ ਮੌਜੂਦ ਨਹੀਂ ਹੈਗੇਗੇ ਓਕੇ ਸੋ ਇਹਨਾਂ ਦੀ ਜਗ੍ਹਾ ਤੇ ਹੁਣ ਇਹਨਾਂ ਦੇ ਸੁਪੁੱਤਰ ਜਿਹੜੇ ਸੁਖਬੀਰ ਸਿੰਘ ਬਾਦਲ ਹੈਗੇ ਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਜਿਹੜਾ ਹੈ ਸਾਰਾ ਕਾਰਜਵਿਹਾਰ ਉਹ ਸੰਭਾਲ ਲੇਤਾ ਹੈਗਾਗਾ ਓਕੇ ਉਹ ਇਹਨਾਂ ਦੇ ਪਿਤਾ ਦੀ ਜਿਹੜੀ ਉਹ ਡੈਥ ਹੋ ਚੁੱਕੀ ਹੈਗੀਆ ਹੁਣ ਸੁਖਵੀਰ ਸਿੰਘ ਬਾਦਲਾ ਚੁੱਕੇ ਹੈਗੇ ਨੇਗੇ ਇਹ ਆਧੁਨਿਕ ਕਾਲ ਦੇ ਵਿੱਚ ਨੇ ਮਾਡਰਨ ਕਾਲ ਦੇ ਵਿੱਚ ਨੇਗੇ ਪਰ ਨਵਾਬ ਕਪੂਰ ਸਿੰਘ ਜਸਾ ਸਿੰਘ ਆਲੂਵਾਲੀਆ ਤੇ ਰਾਮ ਗੜਿਆ ਜਸਾ ਸਿੰਘ ਰਾਮ ਗੜਿਆ ਇਹ ਪੁਰਾਣੀ ਪੰਜਾਬ ਦੇ ਵਿੱਚ ਸੀਗਾ ਜਦੋਂ ਜਕਰੀਆ ਖਾਨ ਵਰਗੇ ਔਰੰਗਜ਼ੇਬ ਵਰਗਿਆਂ ਦਾ ਸ਼ਾਸਨ ਸੀਗਾ ਜੀ ਠੀਕ ਹੈ ਉਸ ਸਮੇਂ ਦੇ ਉੱਪਰ ਇਹਨਾਂ ਦਾ ਜਿਹੜਾ ਹੈ ਉਹ ਰਿਹਾ ਸੀਗਾ ਸਾਰਾ ਚਰਚ ਤਮਾਮਲਾ ओके ਨਵਾਬ ਕਪੂਰ ਸਿੰਘ ਦੇ ਨਾਲ ਰੈਟਿਕ ਕੁਐਸਚਨ ਆਉਂਦਾ ਹੁੰਦਾ ਹੈ ਜੀ ਕਿ ਇਹਨਾਂ ਨੂੰ ਨਵਾਬ ਦੀ ਉਪਾਧੀ ਜਿਹੜੀ ਹੈ ਜਿਹਾ ਕਿਤਾਬ ਆ ਉਹ ਕਦੋਂ ਤੇ ਕਿਸ ਨੇ ਦਿੱਤਾ ਸੀ 1733 ਦੇ ਵਿੱਚ ਜ਼ਕਰੀਆ ਖਾਨ ਦੇ ਦੁਆਰਾ ਜਿਹੜਾ ਹੈ ਇਹਨਾਂ ਨੂੰ ਇਹ ਕਿਤਾਬ ਦੇ ਦਿੱਤਾ ਗਿਆ ਸੀਗਾ ਇਹਨਾਂ ਦੇ ਦੁਆਰਾ ਹੀ 1748 ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਵੀ ਕੀਤੀ ਗਈ ਸੀਗੀ ਦਲ ਖਾਲਸਾ ਦੀ ਸਥਾਪਨਾ ਵੀ ਜਿਹੜੀ ਹੈ ਉਹਨਾਂ ਦੇ ਦੁਆਰਾ ਹੀ ਕੀਤੀ ਗਈ ਸੀਗੀ ਓਕੇ ਨੈਕਸਟ ਹੈ ਜੀ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਆਲੂਵਾਲੀਆ ਜਿਹੜਾ ਹੈ ਇਹ ਆਲੂਵਾਲੀਆ ਮਿਸਲ ਦਾ ਪ੍ਰਸਿੱਧ ਲੀਡਰ ਰਿਹਾ ਸੀਗਾ ਜੀ ਆਲੂਵਾਲੀਆ ਪਿੰਡ ਤੋਂ ਇਹ ਬਿਲੋਂਗ ਕਰਦਾ ਸੀਗਾ ਇਸ ਕਰਕੇ ਦਾ ਨਾਮ ਆਲੂਵਾਲੀਆ ਮਿਸਲ ਰੱਖ ਦਿੱਤਾ ਗਿਆ ਸੀ ਜੱਸਾ ਸਿੰਘ ਰਾਮਗੜੀਆ ਜਿਹੜੀ ਹੈ ਜੀ ਇਹ ਰਾਮਗੜੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਸੈਨਿਕ ਸੀਗੇ ਜੀ ਅਤੇ ਇਹਨਾਂ ਨੇ ਰਾਮ ਰੌਣੀ ਦੇ ਕਿਲੇ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਉਸ ਸਹਾਇਤਾ ਕੀਤੀ ਸੀ ਕਿ ਜਿਸ ਦੇ ਕਾਰਨ ਕਰਕੇ ਜੱਸਾ ਸਿੰਘ ਰਾਮਗੜੀਆ ਨੂੰ ਜਿਹੜਾ ਹੈ ਰਾਮ ਰੌਣੀ ਦਾ ਕਿਲਾ ਜਿਹੜਾ ਹੈ ਉਹ ਇਨਾਮ ਦੇ ਵਜੋਂ ਦਿੱਤਾ ਸੀਗਾ ਸਿੱਖਾਂ ਨੇ ਤੇ ਉਸ ਰਾਮ ਰੌਣੀ ਕਿਲੇ ਦਾ ਨਾਮ ਬਦਲ ਕੇ ਇਹਨਾਂ ਨੇ ਰਾਮਗੜ੍ਹ ਰੱਖ ਦਿੱਤਾ ਸੀ ਉਸੇ ਤੋਂ ਬਣਿਆ ਸੀ ਅੱਗੇ ਰਾਮਗੜ੍ਹਿਆ ਜਿਸ ਦੇ ਕਾਰਨ ਕਰਕੇ ਜੱਸਾ ਸਿੰਘ ਰਾਮਗੜ੍ਹਿਆ ਨਾਮ ਇਸ ਤਰ੍ਹਾਂ ਪੈ ਗਿਆ ਤੇ ਮਿਸਲ ਦਾ ਨਾਮ ਵੀ ਰਾਮਗੜ੍ਹਿਆ ਹੀ ਰੱਖ ਦਿੱਤਾ ਸੀ ਇਹ ਜੱਸਾ ਸਿੰਘ ਰਾਮਗੜ੍ਹਿਆ ਸੀਗਾ ਜਿਹੜਾ ਅਦੀਨਾ ਬੇਗ ਦੇ ਕੋਲੇ ਨੌਕਰੀ ਕਰਦਾ ਹੁੰਦਾ ਸੀ ਪਰ ਜਦੋਂ ਸਿੱਖਾਂ ਨੇ ਇਹਨੂੰ ਸਹਾਇਤਾ ਦੀ ਮੰਗ ਕੀਤੀ ਤਾਂ ਇਹਨਾਂ ਨੇ ਜਲਦੀ ਹੀ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਦੇ ਨਾਲ ਰਲ ਆ ਮਿਲੇ ਸੀਗੇ ਨੈਕਸਟ ਹੈ 53 ਨੰਬਰ ਜੀ ਪੰਜਾਬ ਦੇ ਮੌਜੂਦਾ ਮੀਨਸ 2021 ਠੀਕ ਹੈ ਮੌਜੂਦਾ ਨਹੀਂ ਕਹਿ ਸਕਦੇ ਆਪਾਂ ਨੂੰ 2021 ਦੇ ਵਿਧਾਨ ਸਭਾ ਦੇ ਸਪੀਕਰ ਕੌਣ ਸੀਗੇ ਚਰਨਜੀਤ ਅਟਵਾਲ ਕੇ ਪੀ ਰਾਣਾ ਓਮਪ੍ਰਕਾਸ਼ ਵਰਮਾ ਜਾਂ ਬੀ ਪੀ ਸਿੰਘ ਬਦਰਾ ਸੋ ਪੰਜਾਬ ਦੇ ਮੌਜੂਦਾ ਸਪੈਸ਼ਲੀ ਮੌਜੂਦਾ ਕੱਟਦੇ ਉਸ ਨੂੰ ਬਈ 2021 ਦੇ ਅਕੋਰਡਿੰਗ ਹੈ ਸੋ ਇਹ ਕੇ ਪੀ ਰਾਣਾ ਸੀਗੇ ਜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਪੀਕਰ ਸੀਗੇ ਉਸ ਸਮੇਂ ਦੇ ਵਿੱਚ ਓਕੇ ਪੀਪਰਾਂ ਦੇ ਵਿੱਚ ਕਈ ਵਾਰ ਐਗਜ਼ੈਕਟ ਸਾਲ ਬਾ ਦਿੰਦੇ ਆ ਕਿ ਇਸ ਸਾਲ ਦੇ ਅਕੋਰਡਿੰਗ ਭਈ ਪੰਜਾਬ ਦਾ ਸਪੀਕਰ ਕੌਣ ਸੀਗਾ ਜਾਂ ਚੀਫ ਮਿਨਿਸਟਰ ਕੌਣ ਸੀਗਾ ਜਾਂ ਚੀਫ ਜਸਟਿਸ ਕੌਣ ਸੀਗਾ ਜਾਂ ਗਵਰਨਰ ਕੌਣ ਸੀ ਕੁਛ ਵੀ ਮਤਲਬ ਉਸ ਸਾਲ ਦੇ ਅਕੋਰਡਿੰਗ ਤੁਹਾਨੂੰ ਉਦਾਂ ਹੀ ਦੱਸਣਾ ਪੈਂਦਾ ਹੈ ਤਾਂ ਇੱਥੇ ਆਪਾਂ 2021 ਦੀ ਗੱਲ ਕੀਤੀ ਹੈ ਇਹਦੇ ਅਕੋਰਡਿੰਗ ਕੇ ਪੀ ਰਾਣਾ ਜਿਹੜਾ ਹੈ ਇਹ ਕਾਂਗਰਸ ਦਾ ਜਿਹੜਾ ਹੈ ਵਿਧਾਨ ਸਭਾ ਦਾ ਸਪੀਕਰ ਸੀਗਾ 2021 ਦੇ ਅਕੋਰਡਿੰਗ ਓਕੇ ਨੈਕਸਟ ਹੈ ਜੀ ਸਿਰਾਂਜਾ ਨੰਬਰ ਪੰਜਾਬ ਦੇ ਵਿੱਚ ਪਹਿਲੀ ਸਤਰੀ ਜੋ ਮੁੱਖ ਮੰਤਰੀ ਬਣੀ ਕਿਰਨਬੇਦੀ ਜਾਗੀਰਕੌਰ ਰਜ਼ਿੰਦਰਕੌਰ ਪਠੱਲ ਤੇ ਮਹਾਰਾਣੀ ਪਟਿਆਲਾ ਸੋ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਔਰਤ ਜਿਹੜੀ ਕਿ ਮੁੱਖ ਮੰਤਰੀ ਦੇ ਰੈਂਕ ਦੇ ਲਈ ਚੁਣੀ ਜਾਂਦੀ ਹੈ ਜੀ ਏਆਰ ਰਜ਼ਿੰਦਰਕੌਰ ਪਠੱਲ ਸੋ ਇਹ ਪੰਜਾਬ ਦੀ 14ਵੀਂ ਜਿਹੜੀ ਹੈ ਚੀਫ ਮਨਿਸਟਰ ਰਹੀ ਸੀਗੀ ਸਾਲ 1996 ਤੋਂ ਲੈ ਕੇ 97 ਤੱਕ ਇੱਕ ਸਾਲ ਦੇ ਕਾਰਜ ਕਰ ਰਿਹਾ ਸੀਗਾ ਇਸ ਤੋਂ ਬਾਅਦ ਸੀਐਮ ਤੋਂ ਇਲਾਵਾ ਬਈ ਇਹ ਪੰਜਾਬ ਦੀ ਸੈਕੰਡ ਡਿਪਟੀ ਸੀਐਮ ਵੀ ਰਹੀ ਹੈ ਡਿਪਟੀ ਸੀਐਮ ਠੀਕ ਹੈ ਉਪ ਮੁੱਖ ਮੰਤਰੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਰਹੀ ਹੈ 2004 ਤੋਂ ਲੈ ਕੇ 2009 ਤੱਕ ਇਹ ਦੋਨੋਂ ਚੀਜ਼ਾਂ ਲਿਗੀਆਂ ਬਈ ਜੇ ਤਾਂ ਸੀਐਮ ਪੁੱਛ ਲਿਆ ਫਿਰ 14ਵੇਂ ਰੈਂਕ ਦੇ ਉੱਪਰ ਸੀਗੀ ਤੇ ਜੇ ਡਿਪਟੀ ਸੀਐਮ ਪੁੱਛ ਲਿਆ ਫਿਰ ਇਹ ਦੂਸਰੀ ਬੰਦੀ ਹੈ ਤੇ ਇਹ ਦੋਨਾਂ ਮਾਮਲਿਆਂ ਦੇ ਵਿੱਚ ਇਹ ਪਹਿਲੀ ਹੈ ਇਸ ਤੋਂ ਬਾਅਦ ਕੋਈ ਵੀ ਇਸਤਰੀ ਜਿਹੜੀ ਹੈਗੀ ਆ ਉਹ ਸੀਐਮ ਦੇ ਰੈਂਕ ਦੇ ਲਈ ਨਹੀਂ ਚੁਣੀ ਗਈ ਹੈਗੀ ਕੰਨ ਬੇਦੀ ਜਿਹੜੀ ਹੈ ਉਹ ਪਹਿਲੀ ਆਈਪੀਐਸ ਅਫਸਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਗਾ ਠੀਕ ਹੈ ਔਰ ਜੁਰਗੀਗ ਔਰ ਜਿਹੜੀ ਹੈਗੀ ਹੈਗੀ ਇਹ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਇੱਕ ਪਹਿਲੀ ਲੇਡੀਜ਼ ਹੈਗੀ ਆ ਸੋ ਇਦਨ ਹੀ ਸ਼ਖਸੀਤਾ ਖਾਸ ਨੇ ਕਿਆਂ ਨੈਕਸਟ ਆ ਜੀ 55 ਨੰਬਰ ਪੰਜਾਬ ਦੇ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਦਾ ਨਾਮ ਕੀ ਹੈ ਕਪਤਾਨ ਸਿੰਘ ਸਲੋਕੀ ਸੁਰਿੰਦਰਨਾਥ ਓਮਪ੍ਰਕਾਸ਼ ਬਰਮਾ ਜਾਂ ਕੁਲਤਾਰ ਸਿੰਘ ਸੰਧਵਾ ਵਰਤਮਾਨ ਸਮੇ ਜਾਂ ਮੌਜੂਦਾ ਵਿਧਾਨ ਸਭਾ ਦਾ ਸਪੀਕਰ ਜਿਹੜਾ ਹੈ ਉਹ ਕੁਲਤਾਰ ਸਿੰਘ ਸੰਧਮਾ ਹੈ ਜੀ ਜਿਹੜਾ ਕਿ ਸਾਲ 2022 ਦੇ ਵਿੱਚ ਚੁਣਿਆ ਗਿਆ ਸੀਗਾ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਨੂੰ ਚੁਣਿਆ ਗਿਆ ਹੈਗਾ ਤੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਤੌਰ ਦੇ ਉੱਪਰ ਇਹ ਕੰਮ ਕਰ ਰਿਹਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 55 56 ਪੰਜਾਬ ਵਿੱਚ ਇੰਡੀਅਨ ਪੈਨਲ ਕੋਡ ਨੂੰ ਕਦੋਂ ਲਾਗੂ ਕੀਤਾ ਗਿਆ ਸੀਗਾ? 1911 1852 ਦੇ ਵਿੱਚ 1880 ਦੇ ਵਿੱਚ 1871 ਦੇ ਵਿੱਚ ਜਾਂ 1862 ਦੇ ਵਿੱਚ ਸੋ ਪੰਜਾਬ ਦੇ ਵਿੱਚ ਇੰਡੀਅਨ ਪੈਨਲ ਕੋਡ ਜਿਹੜਾ ਹੈ ਉਹ ਸਾਲ 1862 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ 1 ਜਨਵਰੀ ਦੀ ਡੇਟ ਸੀਗੀ ਵੈਸੇ ਇਸ ਐਕਟ ਨੂੰ ਪਾਸ ਕਰ ਦਿੱਤਾ ਗਿਆ ਸੀਗਾ ਸਾਲ 1960 ਦੇ ਵਿੱਚ ਇਹ ਕ੍ਰਿਮੀਨਲ ਕੋਡ ਹੁੰਦੀ ਹੈ ਵੀ ਜਿਸ ਤਰ੍ਹਾਂ ਦੇ ਵੀ ਕ੍ਰਿਮੀਨਲ ਚੱਲਦੇ ਹੈ ਸੋ ਉਹਨਾਂ ਨੂੰ ਲੈ ਕੇ ਮਤਲਬ ਇਹ ਕੋਡ ਬਣਾਏ ਗਏ ਸੀਗੇ 1800 57 ਦੀ ਕ੍ਰਾਂਤੀ ਤੋਂ ਬਾਅਦ ਨਵਾਂ ਇੱਕ ਐਕਟ ਪਾਸ ਕੀਤਾ ਸੀ ਜਿਹਦੇ ਵਿੱਚ ਇੰਡੀਅਨ ਪੈਨਲ ਕੋਡ ਦਾ ਨਾਮ ਦਿੱਤਾ ਗਿਆ ਸੀਗਾ 1860 ਦੇ ਵਿੱਚ ਇਹਨੂੰ ਪਾਸ ਕਰ ਦਿੱਤਾ ਗਿਆ ਸੀਗਾ ਤੇ 1 ਜਨਵਰੀ 1862 ਨੂੰ ਇਹ ਭਾਰਤ ਦੇ ਵਿੱਚ ਲਾਗੂ ਹੋ ਗਿਆ ਸੀਗਾ ਜਿਸ ਦੇ ਵਿੱਚ ਕ੍ਰਿਮੀਨਲ ਅਨ ਦੇ ਨਾਲ ਰਿਲੇਟਡ ਜਿਹੜੇ ਹੈ ਐਕਸ਼ਨ ਆ ਉਹ ਲਗਾਏ ਜਾਂਦੇ ਸੀਗੇ ਧਾਰਾਵਾਂ ਜਿਹੜੀਆਂ ਉਹ ਦੱਸੀਆਂ ਹੋਈਆਂ ਸੀਗੀਆਂ ਓਕੇ ਨੈਕਸਟ ਹੈ ਜੀ 57 ਨੰਬਰ ਕਾਗਜ਼ ਤੇ ਕੈਨਵਸ ਕਿਸ ਦੀ ਰਚਨਾ ਹੈ ਵੀਨਤ ਤਵਾੜੀ ਦੀ ਭਗਤਪੂਰਨ ਦੀ ਅਮਰਤਾ ਪ੍ਰੀਤਮ ਦੀ ਜਾਂ ਬੇਬਾ ਬੱਬਾ ਸੇਵਾ ਸਿੰਘ ਕਾਗਜ਼ ਤੇ ਕੈਨਵਸ ਰਚਨਾ ਜਿਹੜੀ ਹੈਗੀ ਹੈ ਜੀ ਇਹ ਅਮਰਤਾ ਪ੍ਰੀਤਮ ਦੀ ਹੈਗੀ ਹੈਗੀ ਸੋ ਪੰਜਾਬੀ ਦੀ ਪਹਿਲੀ ਲੇਖਕਾ ਹੈਗੀ ਹੈਗੀ ਜਿਸ ਨੇ ਇੱਕ ਸ਼ਬਦ ਰਹੇ ਨੇ ਬਹੁਤ ਜ਼ਿਆਦਾ ਫੇਮਸ ਅਜਾਖਾਂ ਵਾਰਿਸ਼ਾ ਨੂੰ ਸੇ ਇਹ ਉਹਨਾਂ ਦੇ ਹੀ ਸ਼ਬਦ ਹੈਗੇ ਨੇ ਸੋ ਇਹ ਕਾਗਜ਼ ਦੇ ਕੈਨਵਸ ਪੁਸਤਕ ਇੰਨੀ ਜ਼ਿਆਦਾ ਫੇਮਸ ਸੀਗੀ ਜੀ ਕਿ ਇਸ ਤੇ ਲਈ ਜਿਹੜਾ ਹੈ ਇਸ ਨੂੰ ਸਾਲ 1981 ਦੇ ਵਿੱਚ ਗਿਆਨ ਪੀਠ ਪੁਰਸਕਾਰ ਵੀ ਮਿਲਿਆ ਹੈਗਾਗਾ ਗਿਆਨਪੀਠ ਪੁਰਸਕਾਰ ਸੋ ਇਹ ਵੀ ਜਿਹੜਾ ਹੈ ਇਹਨਾਂ ਨੂੰ ਮਿਲਿਆ ਸੀਗਾ ਇਹ ਪਰਤ ਦੀ ਪੰਜਾਬ ਦੀ ਪਹਿਲੀ ਲੇਡੀਜ਼ ਹੈ ਜਿਸ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ ਤੇ ਦੂਸਰਾ ਹੈ ਜੀ ਪ੍ਰੋਫੈਸਰ ਗੁਰਦਿਆਲ ਸਿੰਘ ਜਿਹਨੂੰ ਅੰਨੇ ਘੋੜੇ ਦੇ ਦਾਨ ਦੇ ਲਈ ਇਹ ਪੁਰਸਕਾਰ ਮਿਲਿਆ ਹੈ ਪੰਜਾਬ ਦੇ ਦੋ ਹੀ ਲੇਖਕ ਨੇ ਜਿਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਹੈ ਇੱਕ ਅੰਮ੍ਰਿਤਦਾ ਪ੍ਰੀਤਮ ਹੈ ਤੇ ਦੂਸਰਾ ਪ੍ਰੋਫੈਸਰ ਗੁਰਦਿਆਲ ਸਿੰਘ ਓਕੇ ਨੈਕਸਟ ਹੈ ਜੀ ਸੋ ਇਹਨਾਂ ਦੀ ਕਰ ਸਿੱਧੀ ਡਾਕਟਰ ਨਾਮ ਦੀ ਸਵੈ ਜੀਵਨੀ ਹੈ ਸੋ ਵੀ ਤੁਸੀਂ ਨੋਟ ਕਰ ਹੀ ਲਵੋ ਠੀਕ ਹੈ ਵੈਸੇ ਤੱਕ ਇਸਰਾਂਗਾ ਹੋਰ ਕਲਾਸਾਂ 'ਚ ਮੈਂ ਦੱਸਿਆ ਹੋਇਆ ਹੈ ਹਾਂਜੀ ਅਰ ਸਿੱਧੀ ਟਿੱਕਟ ਜੋ ਕਿ ਨਦੀ ਸਵੈ ਜੀਵਨੀ ਹੈਗੀ ਆ ਓਕੇ ਅਤੇ ਇੱਕ ਇਹਨਾਂ ਦਾ ਨਾਵਲ ਹੈ ਪਿੰਜਰ ਉਹਦੇ ਉੱਪਰ ਮੂਵੀ ਬਣੀ ਹੋਈ ਹੈ ਇਹ ਤਿੰਨਾਂ ਦੇ ਬਹੁਤ ਜ਼ਿਆਦਾ ਖਾਸ ਜਿਹੜੇ ਆ ਸਵਾਲ ਆਏਗੇ ਇਹਨਾਂ ਦੇ ਓਕੇ ਇੱਕ ਇਹਨਾਂ ਦੀ ਸੁਨੇਹੜੇ ਰਚਨਾ ਹੈਗੀ ਹੈਗੀ ਜਿਸ ਨੂੰ ਕਿ ਸਹਿਤ ਕਦਮੀ ਪੁਰਸਕਾਰ ਮਿਲਿਆ ਹੋਇਆ ਸੋ ਉਹ ਵੀ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਅਗੇ ਕੁਐਸਚਨ ਵੀ ਆਊਗਾ ਨੈਕਸਟ ਹੈ ਜੀ ਕੁਐਸਚਨ ਨੰਬਰ 58 ਪੰਜਾਬ ਦਾ ਮਜੂਤਾ ਯਾਨੀ ਕਿ 2023 ਦੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਾ ਕੀ ਨਾਮ ਹੈ ਬੀਰ ਦਵਿੰਦਰ ਸਿੰਘ ਜੈ ਕ੍ਰਿਸ਼ਨ ਸਿੰਘ ਰਜੀਆ ਸੁਲਤਾਨਾ ਜਸਵੰਦਰ ਸ਼ਾਮ ਅਰੋੜਾ 2023 ਦੇ ਅਕੋਰਡਿੰਗ ਵਿਧਾਨ ਸਭਾ ਦੇ ਪੰਜਾਬ ਦੇ ਸਪੀਕਰ ਦਾ ਨਾਮ ਡਿਪਟੀ ਸਪੀਕਰ ਦਾ ਨਾਮ ਹੈ ਜੀ ਜੈ ਕ੍ਰਿਸ਼ਨ ਸਿੰਘ ਇਹ ਤਦ ਕੰਮ ਕਰੂਗਾ ਜਦੋਂ ਸਪੀਕਰ ਕੰਮ 'ਚ ਨਹੀਂ ਹੋਊਗਾ ਮਤਲਬ ਛੁੱਟੀ ਤੇ ਹੋਵੇਗਾ ਉਸ ਜਗ੍ਹਾ ਤੇ ਡਿਪਟੀ ਸਪੀਕਰ ਜਿਹੜਾ ਹੈ ਉਹ ਕੰਮ ਕਰਦਾ ਹੈਗਾ ਠੀਕ ਹੈ ਜਿਹੜਾ ਸਪੀਕਰ ਹੈ ਜੀ ਪੰਜਾਬ ਵਿਧਾਨ ਸਭਾ ਦਾ ਉਹ ਹੈ ਕੁਲਤਾਰ ਸਿੰਘ ਸੰਧਵਾ ਬਟ ਦੂਸਰੇ ਸਥਾਨ ਦੇ ਉੱਪਰ ਰੈਂਕ ਆਉਂਦਾ ਹੈਗਾ ਡਿਪਟੀ ਸਪੀਕਰ ਦਾ ਸੋ ਇਹ ਹੈਗਾਗਾ ਜੈ ਕ੍ਰਿਸ਼ਨ ਸਿੰਘ ਆਮ ਆਦਮੀ ਪਾਰਟੀ ਦਾ ਹੀ ਹੈ ਸੋ ਇਹ ਜਿਹੜਾ ਹੈ 2022 ਦੇ ਵਿੱਚ ਚੁਣਿਆ ਗਿਆ ਸੀਗਾ ਨੈਕਸਟ ਹੈ ਜੀ 69 ਨੰਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਪਹਿਲਾ ਚੀਫ ਜਸਟਿਸ ਕੌਣ ਸੀ RAM JEET MLANI JUSTICE S SANDAVALIYA RAM NARAYAN ਜਾਂ JUSTICE RAM LAL ਸੋ ਹਾਈ ਕੋਰਟ ਦੀ ਗੱਲ ਕਰ ਰਹੇ ਹਾਂ ਜੀ ਪੰਜਾਬ ਤੇ ਹਰਿਆਣਾ ਦੀ ਸੋ ਇਹਦੇ ਵਿੱਚ ਸਭ ਤੋਂ ਪਹਿਲਾ ਚੀਫ ਜਸਟਿਸ ਜਿਹੜਾ ਰਹਿੰਦਾ ਹੈ ਉਹ ਜਸਟਿਸ RAM LAL ਰਹਿੰਦਾ ਹੈਗਾ ਅੱਛਾ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਹੈ ਇਹ ਨਾਮ ਅਸਾਲ 1966 ਦੇ ਵਿੱਚ ਦਿੱਤਾ ਗਿਆ ਸੀ 1 ਨਵੰਬਰ ਨੂੰ ਪਰ ਇਸ ਤੋਂ ਪਹਿਲਾਂ ਕੱਲੀ ਹੀ ਪੰਜਾਬ ਦੀ ਹਾਈ ਕੋਰਟ ਹੀ ਹੁੰਦੀ ਸੀਗੀ ਓਕੇ ਯਾਦ ਰੱਖਿਓ ਜੀ ਕਿ ਇਹ ਜਿਹੜਾ ਕਾਰਜਕਾਲ ਸ਼ੁਰੂ ਹੁੰਦਾ ਹੈਗਾ ਰਾਮ ਲਾਲ ਜੀ ਦਾ ਇਹ 1947 ਤੋਂ ਸ਼ੁਰੂ ਹੁੰਦਾ ਹੈਗਾ ਤੇ ਇਹ ਪਹਿਲਾ ਸਾਡਾ ਚੀਫ ਜਸਟਿਸ ਸੀਗਾ ਠੀਕ ਹੈ ਜਸਟਿਸ ਰਾਮ ਲਾਲ ਦੂਸਰਾ ਸੀਗਾ ਜੀ ਸੋਦੀ ਰੰਜਨ ਦਾਸ ਦੂਸਰਾ ਸੀਗਾ ਸੋਦੀ ਰੰਜਨ ਲਾ ਰੰਜਨ ਦਾਸ ਇਹ ਦੂਸਰਾ ਚੀਫ ਜਸਟਿਸ ਸੀਗਾ ਜੀ ਪੰਜਾਬ ਹਰਿਆਣਾ ਦਾ 1947 ਦੀ ਗੱਲ ਕਰ ਰਹੇ ਹੈਗੇ ਆ ਇਸ ਤੋਂ ਬਾਅਦ ਕਈ ਵਾਰ ਡਾਇਰੈਕਟ ਤੁਹਾਨੂੰ ਇਦਾਂ ਪੁੱਛ ਲੈਂਦੇ ਹੈਗੇ ਕਿ 1966 ਦੇ ਵਿੱਚ ਪਹਿਲਾ ਚੀਫ ਜਸਟਿਸ ਕੌਣ ਬਣਿਆ ਸੀਗਾ ਠੀਕ ਹੈ ਸੋ ਇਹਦਾ ਨਾਮ ਸੀਗਾ ਜੀ ਮੇਹਰ ਸਿੰਘ ਮੇਹਰ ਸਿੰਘ ਠੀਕ ਹੈ 1965 ਤੋਂ ਚੱਲਦਾ ਆ ਰਿਹਾ ਸੀਗਾ ਤੇ 1966 ਦੇ ਵਿੱਚ ਤੋਂ ਪੰਜਾਬ ਨਵਾਂ ਬਣਦਾ ਹੈ ਹਰਿਆਣਾ ਦੇ ਪੰਜਾਬ ਵੱਖਰੇ ਹੁੰਦੇ ਆ ਉਸ ਸਮੇਂ ਵੀ ਮਹਿਰ ਸਿੰਘ ਜਿਹੜਾ ਹੈ ਉਹ ਕੰਮ ਕਰ ਰਿਹਾ ਸੀਗਾ ਜੀ ਤੇ 1966 ਤੋਂ ਬਾਅਦ ਸੈਕੰਡ ਜਿਹੜਾ ਬੰਦਾ ਹੈਗਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਉਹਦਾ ਨਾਮ ਸੀਗਾ ਹਰਬੰਸ ਸਿੰਘ ਹਰਬੰਸ ਸਿੰਘ ਇਸ ਸੈਕੰਡ ਸੀਗਾ ਵਰਤਮਾਨ ਸਮੇਂ ਆਪਾਂ ਜੇਕਰ ਗੱਲ ਕਰੀ ਗਏ ਵਰਤਮਾਨ ਸਮੇਂ ਪੰਜਾਬ ਦਾ ਜਿਹੜਾ 35ਵਾਂ ਚੀਫ ਜਸਟਿਸ ਚੱਲ ਰਿਹਾ ਹੈ ਟੋਟਲ 1947 ਤੋਂ ਲੈ ਕੇ ਚੱਲ ਗਿਆ ਤਾਂ ਇਹਦੇ ਵਿੱਚ ਆਉਂਦਾ ਹੈ ਜੀ ਰਵੀ ਸ਼ੰਕਰ ਚਾਹ ਰਵੀ ਸ਼ੰਕਰ ਚਾ ਇਹ ਵਰਤਮਾਨ ਸਮੇਂ ਸੁਪਰੀਮ ਕੋਰ ਸੌਰੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਮੁੱਖ ਜੱਜ ਹੈ ਜੀ ਜਿਹੜਾ ਕਿ 6 ਅਕਤੂਬਰ 2000 6 ਅਕਤੂਬਰ 2019 ਨੂੰ ਚੁਣਿਆ ਗਿਆ ਸੀਗਾ ਤੇ ਹੱਲੇ ਵੀ ਵਰਕਿੰਗ ਦੇ ਵਿੱਚ ਹੈਗਾ ਇਹ ਨੈਕਸਟ ਆਜੀ 60 ਨੰਬਰ ਕੁਐਸਚਨ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸਟੀਲ ਦਾ ਸ਼ਹਿਰ ਮੰਨਿਆ ਗਿਆ ਹੈਗਾ ਜਾਂ ਕਿਹਾ ਜਾਂਦਾ ਹੈਗਾ ਜਲੰਧਰ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ ਪਟਿਆਲਾ ਨੂੰ ਕਿਹਾ ਜਾਂਦਾ ਹੈ ਜਾਂ ਮੰਡੀ ਗੋਵਿੰਦਗੜ੍ਹ ਕਿਹਾ ਜਾਂਦਾ ਹੈ ਓਕੇ ਸੋ ਪੰਜਾਬ ਦੇ ਮੰਡੀ ਗੋਵਿੰਦਗੜ੍ਹ ਨੂੰ ਜਿਹੜਾ ਹੈਗਾਗਾ ਬਈ ਸਟੀਲ ਦੇ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾਗਾ ओके ਇਹਦੇ ਨਾਲ ਹੀ ਸਬੰਧਤ ਇੱਕ ਹੋਰ ਸਵਾਲ ਆ ਜਾਂਦਾ ਹੈਗਾਗਾ ਕਿ ਪੰਜਾਬ ਦਾ ਲੋਹਾ ਪੰਛੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਆਇਰਨ ਬਰਾਈਡ ਲੋਹਾ ਪੰਛੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਬਟਾਲਾ ਨੂੰ ओके ਇਹ ਵੀ ਇਹਦੇ ਨਾਲ ਹੀ ਜੁੜਦਾ ਹੈਗਾਗਾ ਜਲੰਧਰ ਜਿਹੜਾ ਹੈਗਾਗਾ ਬਈ ਇਹ سپورਟ ਸਿਟੀ ਦੇ ਨਾਮ ਨਾਲ ਮਸ਼ਹੂਰ ਹੈ سپورਟਸ ਸਿਟੀ ਦੇ ਨਾਮ ਨਾਲ ਮਸ਼ਹੂਰ ਹੈ ਗੱਗਾ ਸਪੋਰਟ ਦਾ ਸਾਰਾ ਸਮਾਨ ਜਿਹੜਾ ਹੈ ਇੱਥੇ ਹੀ ਮਿਲਦਾ ਹੈ ਗੱਗਾ ਇਸ ਤੋਂ ਇਲਾਵਾ ਪ੍ਰਿੰਟਿੰਗ ਪ੍ਰੈਸ ਹੋ ਗਿਆ ਅਖਬਾਰ ਹੋਗੇ ਨੇਗੇ ਜਾਂ ਬੁਕਸ ਹੋ ਗਿਆ ਨੇ ਉਹ ਸਾਰੀਆਂ ਸਾਰੀਆਂ ਜਲੰਧਰ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਨੇ ਅੰਮ੍ਰਿਤਸਰ ਨੂੰ ਕਿਹਾ ਜਾਂਦਾ ਹੈ ਜੇ 골ਡਨ ਸਿਟੀ ਆਫ ਪੰਜਾਬ ਉਹਦਾ ਕਾਰਨ ਹੈ ਕਿ ਇੱਥੇ 골ਡਨ ਟੈਂਪਲ ਹੈ ਸੋ ਇਸ ਕਾਰਨ ਕਰਕੇ ਇਸ ਨੂੰ ਇਹ ਨਾਮ ਦਿੱਤਾ ਹੋਇਆ ਹੈ ਕਿਉਂਕਿ ਹਰਿਮੰਦਰ ਸਾਹਿਬ ਜਿਹੜਾ ਇੱਥੇ ਮੰਦਿਰ ਹੈ ਸੋ ਉਹਦੇ ਆਧਾਰ ਦੇ ਉੱਪਰ ਜਿਹੜਾ ਹੈ 골ਡਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਓਕੇ ਔਰ ਇੱਕ ਸਾਈਕਲਾਂ ਦੀ ਮੰਡੀ ਪੁੱਛ ਲੈਂਦੇ ਹੈਗੇ ਬਈ ਸਾਈਕਲਾਂ ਦੀ ਮੰਡੀ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਕੱਪੜੇ ਦੀ ਰਾਜਧਾਨੀ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਪੰਜਾਬ ਦਾ ਮੈਂਚੈਸਟਰ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਇਹ ਮੌਬੈਲਾ ਕੁਐਸਚਨ ਕਰਾਏ ਹੋਏ ਆਗੇ ਉਮੀਦ ਆ ਤੁਸੀਂ ਦੇਖੇ ਹੋਣਗੇ ਨੈਕਸਟ ਹੈ ਜੀ 61 ਨੰਬਰ ਕਿਸ ਰਾਜ ਨੂੰ ਭਾਰ ਦੇ ਅਨਾਜ ਟੋਕਰੀ ਕਿਹਾ ਜਾਂਦਾ ਹੈ ਪੰਜਾਬ ਨੂੰ ਰਾਜਸਥਾਨ ਨੂੰ ਜੰਮੂ ਕਸ਼ਮੀਰ ਨੂੰ ਜਾਂ ਕੇਰਲਾ ਨੂੰ ਇਨਾਂ ਦੇ ਵਿੱਚੋਂ ਅਨਾਜ ਦੀ ਟੋਕਰੀ ਪੰਜਾਬ ਦੇ ਵਿੱਚ ਆਪਾਂ ਗੱਲ ਕਰਗੇ ਤਾਂ ਪੰਜਾਬ ਦੇ ਵਿੱਚ ਅਨਾਜ ਦੀ ਟੋਕਰੀ ਜਿਹੜੀ ਹੈ ਉਹ ਕਿਹਾ ਜਾਂਦਾ ਕਿਉਂਕਿ ਪੰਜਾਬ ਦੇ ਜਿਹੜੀ ਹੈ ਉਹ ਸਭ ਤੋਂ ਵੱਧ ਕਣਕ ਦਾ ਉਤਪਾਦਨ ਕਰਦੀ ਹੈਗੀ ਹੈ ਕੀ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਠੀਕ ਹੈ ਪ੍ਰਤੀ ਹਕਟੇਰ ਦੇ हिसाब ਦੇ ਨਾਲ ਕਣਕ ਉਤਪਾਦਨ ਦੇ ਵਿੱਚ ਪਹਿਲੇ ਸਥਾਨ ਤੇ ਆਉਂਦੀ ਹੈ ਪ੍ਰਤੀ ਹਕਟੇਰ ਹਿਸਾਬ ਦੇ ਨਾਲ ਬੈਸੇ ਜੀ ਆਪਾਂ ਗੱਲ ਕਰੀ ਗਏ ਤਾਂ ਜਿਹੜਾ ਉੱਤਰ ਪ੍ਰਦੇਸ਼ ਆਉ ਪਹਿਲੇ ਸਥਾਨ ਤੇ ਆਉਂਦਾ ਹੈਗਾ ਪਰ ਪ੍ਰਤੀ ਹਕਤੀਰ ਦੇ ਹਿਸਾਬ ਦੇ ਨਾਲ ਪੰਜਾਬ ਪਹਿਲੇ ਸਥਾਨ ਤੇ ਆਉਂਦਾ ਜਿਸ ਤੇ ਕਾਰਨ ਕਰਕੇ ਆਪਾਂ ਇਸ ਨੂੰ ਅਨਾਜ ਦੀ ਟੋਕਰੀ ਕਹਿੰਦੇ ਆ ਭਾਰਤੀ ਜੇ ਦੁਨੀਆ ਦੀ ਅਨਾਜ ਦੀ ਟੋਕਰੀ ਪੁੱਛ ਲਈ ਤਾਂ ਯੂਕਰੇਨ ਨੂੰ ਜਿਹੜਾ ਹੈ ਕਹਿ ਦਿੱਤਾ ਜਾਂਦਾ ਹੈ ਅਨਾਜ ਦੀ ਟੋਕਰੀ ਨੈਕਸਟ ਹੈ ਜੀ 62 ਨੰਬਰ ਮੌਜੂਦਾ ਪੰਜਾਬ ਦੇ ਪਾਕਿਸਤਾਨ ਨਾਲ ਲੱਗੇ ਬਾਰਡਰ ਦੀ ਲੰਬਾਈ ਕਿੰਨੀ ਹੈ ਕਿ 600 ਕਿਲੋਮੀਟਰ ਹੈ 525 ਕਿਲੋਮੀਟਰ ਹੈ 425 ਕਿਲੋਮੀਟਰ ਹੈ ਜਾਂ 340 ਕਿਲੋਮੀਟਰ ਸੋ ਪੰਜਾਬ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਜੀ ਉਹ ਕਿੰਨੇ ਕਿਲੋਮੀਟਰ ਲੰਬਾ ਹੈ 425 ਕਿਲੋਮੀਟਰ ਹੈ ਜੀ ਔਰ ਇਸ 425 ਕਿਲੋਮੀਟਰ ਦੇ ਉੱਪਰ ਪੰਜਾਬ ਦੇ 6 ਜ਼ਿਲ੍ਹੇ ਪੈਂਦੇ ਹੈਗੇ ਨਗੇ 6 ਜ਼ਿਲ੍ਹੇ ਪੈਂਦੇ ਹੈ ਜਿਨ੍ਹਾਂ ਦੇ ਵਿੱਚੋਂ ਗੁਰਦਾਸਪੁਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਰੋਜਪੁਰ ਤੇ ਫਾਜ਼ਿਲਕਾ ओके ਇਹ ਫਾਜ਼ਲ ਦਾ ਉੱਪਰ ਪਠਾਨਕੋਟ ਇਹ ਛੇ ਜ਼ਿਲ੍ਹੇ ਜਿਹੜੇ ਪੈਂਦੇ ਹੈਗੇ ਤੇ ਇਹਨਾਂ ਦੀ ਕੁੱਲ ਲੰਬਾਈ ਹੋ ਜਾਂਦੀ ਹੈਗੀ ਹੈ ਜੇ 425 ਕਿਲੋਮੀਟਰ ਨੈਕਸਟ ਹੈ ਕੁਐਸਚਨ ਨੰਬਰ 63 ਦੁਨੀਆ ਭਰ ਵਿੱਚ ਗਿਣਤੀ ਦੇ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦਾ ਕਿੰਨਾਵਾਂ ਸਥਾਨ ਹੈ 12ਵਾਂ ਸਥਾਨ ਹੈ 16ਵਾਂ ਸਥਾਨ ਹੈ 19ਵਾਂ ਸਥਾਨ ਹੈ ਜਾਂ 10ਵਾਂ ਸਥਾਨ ਦੁਨੀਆ ਦੇ ਵਿੱਚ ਜੇਕਰ ਆਪਾਂ ਗਿਣਤੀ ਦੇ ਅਨੁਸਾਰ ਚੱਲ ਗਏ ਤਾਂ ਪੰਜਾਬੀ ਬੋਲਣ ਵਾਲਿਆਂ ਦਾ ਜਿਹੜਾ ਰੈਂਕ ਬੰਦਾ ਹੈ ਉਹ 10ਵਾਂ ਰੈਂਕ ਹੈ ਜੀ ਦੁਨੀਆ ਦੇ ਵਿੱਚ ਨੈਕਸਟ ਹੈ 64 ਨੰਬਰ ਆਧੁਨਿਕ ਪੰਜਾਬੀ ਸਾਹਿ ਦਾ ਜਨਮਦਾਤਾ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਅਮਰਤਾ ਪ੍ਰੀਤਮ ਨੂੰ ਭਾਈ ਵੀਰ ਸਿੰਘ ਨੂੰ ਜਾਂ ਧਨੀ ਰਾਮ ਚਾਤ੍ਰਿਕ ਨੂੰ ਸੋ ਆਧੁਨਿਕ ਪੰਜਾਬੀ ਸਾਹਿ ਦਾ ਪਿਤਾਮਾ ਇਹਨਾਂ ਦੇ ਵਿੱਚੋਂ ਕਿਹਾ ਜਾਂਦਾ ਹੈਗਾ ਜੀ ਭਾਈ ਵੀਰ ਸਿੰਘ ਨੂੰ ਓਕੇ ਸੋ ਇਹ ਪੰਜਾਬੀ ਦੇ ਸਾਹਦੇ ਆਧੁਨਿਕ ਪਿਤਾ ਮੰਨੇ ਗਏ ਹੈਗੇ ਭਾਈ ਵੀਰ ਸਿੰਘ ਇਹਨਾਂ ਦਾ ਹੀ ਪੰਜਾਬੀ ਦਾ ਸਭ ਤੋਂ ਪਹਿਲਾ ਨਾਵਲ ਆਇਆ ਸੀਗਾ ਜਿਸ ਨੂੰ ਕਿ ਸੁందਰੀ ਕਿਹਾ ਜਾਂਦਾ ਹੈ ਸੁందਰੀ ਨਾਵਲ ਇਹਨਾਂ ਦਾ ਹੀ ਹੈ ਜੀ ਤੇ ਪਹਿਲਾ ਨਾਵਲ ਹੈ ਉਹ ਪੰਜਾਬੀ ਦਾ ਪ्युअर ਪੰਜਾਬੀ ਚ ਗੱਲ ਕਰਕੇ ਇਸ ਤੋਂ ਇਲਾਵਾ ਸਤਵੰਤ ਕੌਰ ਨਾਮ ਦਾ ਨਾਵਲ ਵੀ ਜਿਹੜਾ ਹੈ ਇਹ ਵੀ ਇਹਨਾਂ ਦਾ ਹੀ ਹੈਗਾ ਸਤਵੰਤ ਕੌਰ ਓਕੇ ਬਾਬਾ ਨੋਦ ਸਿੰਘ ਬਾਬਾ ਨੋਦ ਸਿੰਘ ਇਹ ਵੀ ਨਾਵਲ ਹੀ ਹੈ ਜੀ ਇਹਨਾਂ ਦੀ ਹੈ ਅਤੇ ਇੱਕ ਇਹਨਾਂ ਦਾ ਮਹਾਕਾਵ ਰਹਿ ਹੈਗਾ ਬਹੁਤ ਜ਼ਿਆਦਾ ਆਉਂਦਾ ਪੇਪਰਾਂ ਦੇ ਵਿੱਚ ਉਹ ਹੈ ਰਾਣਾ ਸੂਰਤ ਸਿੰਘ ਰਾਣਾ ਸੂਰਤ ਸਿੰਘ ਇਹ ਹੈ ਮਹਾਕਾਵ ਜਿਹੜਾ ਕਿ ਭਾਈ ਵੀਰ ਸਿੰਘ ਦੇ ਦੁਆਰਾ ਲਿਖਿਆ ਗਿਆ ਹੈਗਾ ਭਾਈ ਵੀਰ ਸਿੰਘ ਦੇ ਦੁਆਰਾ ਹੀ ਪੁਰਾਤਨ ਜਨਮ ਸੰਖੇ ਜਿਹੜੀ ਹੈ ਉਹਦਾ ਸੰਪਾਦਨ ਕੀਤਾ ਗਿਆ ਹੈਗਾ ਪ੍ਰਤਨ ਜਨਮ ਸਾਖੀ ਸਾਲ 1926 ਦੇ ਵਿੱਚ ਜਿਹੜੀ ਹੈ ਲਿਖੀ ਗਈ ਹੈ ਸੋ ਉਹ ਇਹਨਾਂ ਦੇ ਦੁਆਰਾ ਹੀ ਲਿਖੀ ਗਈ ਹੈ ਕਿ ਹੈਗੀ ਇਹਨਾਂ ਦਾ ਇੱਕ ਨਾਟਕ ਵੀ ਰਿਹਾ ਹੈ ਬਹੁਤ ਜ਼ਿਆਦਾ ਚਰਚਿਤ ਹੈ ਜੀ ਉਹਦਾ ਨਾਮ ਹੈ ਰਾਜਾ ਲਖਦਾਤਾ ਰਾਜਾ ਲਖਦਾਤਾ ਨਾਮ ਦਾ ਜਿਹੜਾ ਹੈ ਨਾਟਕ ਹੈ ਸੋ ਉਹ ਵੀ ਇਹਨਾਂ ਦਾ ਹੀ ਰਿਹਾ ਹੈ ਗਾ ਕਵਿਤਾਵਾਂ ਦੇ ਵਿੱਚ ਕਾਫੀ ਜ਼ਿਆਦਾ ਕਵਿਤਾਵਾਂ ਜਿਹੜੀਆਂ ਇਹਨਾਂ ਦੀਆਂ ਚਰਚਿਤ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਿਵੇਂ ਕਿ ਤ੍ਰੇਲ ਤੁਪਕੇ ਤ੍ਰੇਲ ਤੁਪਕੇ ਲਹਿਰਾਂ ਦੇ ਹਾਰ ਲਹਿਰਾਂ ਤੇ ਹਾਰ ਮਟਕ ਹਲਾਰੇ ਮਟਕ ਹਲਾਰੇ ਮੇਰੇ ਸਾਈਆਂ ਜੀਓ ਜਿਹਨੂੰ ਕਿ ਪਹਿਲੀ ਵਾਰ ਸਾਹਿਤ ਕਦਮੀ ਪੁਰਸਕਾਰ ਮਿਲਿਆ ਸੀਗਾ 1955 ਦੇ ਵਿੱਚ ਸੋ ਪਹਿਲੇ ਪੰਜਾਬੀ ਦੇ ਲੇਖਕ ਹੈ ਜਿਨ੍ਹਾਂ ਨੂੰ ਸਾਹਿਤ ਕਦਮੀ ਪੁਰਸਕਾਰ ਮਿਲਿਆ ਹੈ ਮੇਰੇ ਸਾਈਆਂ ਜੀਓ ਸਾਲ 1955 ਦੇ ਵਿੱਚ ਪੁਰਸਕਾਰ ਮਿਲਦਾ ਹੈ ਸਾਹਿਤ ਕਦਮੀ ਪੁਰਸਕਾਰ ਤੇ ਕੰਮ ਦੀ ਕਲਾਈ ਇਹ ਸਾਰੀਆਂ ਇਹਨਾਂ ਦੀਆਂ ਕਵਿਤਾਵਾਂ ਨੇ ਭਾਈ ਵੀਰ ਸਿੰਘ ਦੀਆਂ ਓਕੇ ਨੈਕਸਟ ਹੈ ਜੀ ਪੇਜੈਂਟ ਨੰਬਰ ਸਾਹਿਤ ਕਦਮੀ ਅਵਾਰਡ ਜਿੱਤਣ ਵਾਲੀ ਪਹਿਲੀ ਔਰਤ ਲੇਖਕਾ ਕੌਣ ਸੀਗੀ ਅਮਰਤਾ ਪ੍ਰੀਤਮ ਰਜ਼ੀਆ ਸੁਲਤਾਨ ਦਲੀਪ ਕੌਰ ਟਿਬਾਣਾ ਜਾਂ ਸਰਜੀਤ ਪਾਤਰ ਸਾਹਿਤ ਕਦਮੀ ਪੁਰਸਕਾਰ ਪਹਿਲਾ ਜਿੱਤਣ ਵਾਲਾ ਜੇਕਰ ਮੇਲ ਪੁੱਛਦੇ ਆ ਪੰਜਾਬੀ ਦੇ ਵਿੱਚ ਤਾਂ ਉਹ ਭਾਈ ਵੀਰ ਸਿੰਘ ਆ ਲਾਸਟ ਹੀ ਦੱਸ ਚੁੱਕਿਆ ਮੈਂ ਓਕੇ ਭਾਈ ਵੀਰ ਸਿੰਘ ਇਹ ਸਭ ਤੋਂ ਪਹਿਲੇ ਲੇਖਕ ਆ ਜੀ ਪੰਜਾਬੀ ਦੇ ਜਿਨ੍ਹਾਂ ਨੂੰ 1955 ਦੇ ਵਿੱਚ ਮੇਰੇ ਸਾਇਆ ਜੀਓ ਦੇ ਲਈ ਸਾਹਿਤ ਕਦਮੀ ਪੁਰਸਕਾਰ ਮਿਲਿਆ ਸੀ ਦੂਸਰਾ ਵਿਅਕਤੀ ਸੀਗਾ ਜੀ ਅਮਰਤਾ ਪ੍ਰੀਤਮ ਠੀਕ ਹੈ ਫੀਮੇਲ ਸੀਗੀ ਇਹ ਫੀਮੇਲ ਫਰਸਟ ਕਹਿ ਸਕਦੇ ਹਾਂ ਤੇ ਦੂਸਰਾ ਪੰਜਾਬੀ ਹੈ ਜਿਸ ਨੂੰ ਸਹਿਤ ਕਦਮੀ ਪ੍ਰਸ਼ਕਾਰ ਮਿਲਿਆ ਸੀਗਾ ਇਹ ਪ੍ਰਸ਼ਕਾਰ ਇਹਨਾਂ ਨੂੰ ਸਾਲ 1956 ਦੇ ਵਿੱਚ ਮਿਲਿਆ ਸੀਗਾ ਤੇ ਇਹਨਾਂ ਦੀ ਪੁਸਤਕ ਸੁਨੇਹੜੇ ਦੇ ਲਈ ਜਿਹੜਾ ਹੈ ਇਹਨਾਂ ਨੂੰ ਇਹ ਪ੍ਰਸ਼ਕਾਰ ਦਿੱਤਾ ਗਿਆ ਸੀਗਾ ਪੰਜਾਬੀ ਦੀ ਪਹਿਲੀ ਲੇਖਕਾ ਹੈਗੀ ਹੈਗੀ ਓਕੇ ਨੈਕਸਟ ਹੈ ਜੀ 66 ਨੰਬਰ ਕੁਐਸਚਨ ਇਹਨਾਂ ਕਵੀਆਂ ਦੇ ਵਿੱਚੋਂ ਕਿਹੜਾ ਕਵੀ ਪੰਜਾਬੀ ਕਿੱਸਾ ਕਾਵ ਧਾਰ ਨਾਲ ਸੰਬੰਧਿਤ ਨਹੀਂ ਹੈ ਬੁੱਲੇ ਸ਼ਾ ਵਾਰਿਸ਼ਾ ਹਾਸ਼ਮ ਕਾਦਰ ਜਾਰ ਸੋ ਕਿੱਸਾ ਕਾਬ ਦੇ ਨਾਲ ਨਹੀਂ ਸੰਬੰਧਿਤ ਹੈ ਕਿਸੇ ਨੇ ਲਿਖ ਇਹਨਾਂ ਦੇ ਵਿੱਚੋਂ ਉਹ ਕਿਹੜਾ ਹੈ ਸੋ ਉਹਦਾ ਨਾਮ ਹੈ ਜੀ ਬੁੱਲੇ ਸ਼ਾ ਓਕੇ ਬੁੱਲੇ ਸ਼ਾ ਜਿਹੜਾ ਹੈਗਾਗਾ ਭਈ ਇਹ ਪੰਜਾਬੀ ਦੇ ਸੂਫੀ ਸੰਤ ਕਵੀਆਂ ਦੇ ਵਿੱਚ ਆਉਂਦਾ ਹੈਗਾ ਸੂਫੀ ਸੰਤ ਕਵੀਆਂ ਦੇ ਵਿੱਚ ਆਉਂਦਾ ਹੈ ਨਾ ਕਿ ਕਿੱਸਾ ਕਾਬ ਦੇ ਵਿੱਚ ਆਉਂਦਾ ਹੈਗਾ ਓਕੇ ਬੁੱਲੇ ਸ਼ਾ ਨੂੰ ਜਿਹੜਾ ਹੈ ਚਾਰ ਮਨਾਰਾਂ ਦੇ ਵਿੱਚੋਂ ਇੱਕ ਮਨਾਰ ਮੰਨਿਆ ਜਾਂਦਾ ਹੈ ਜੀ ਸੂਫੀ ਸੰਤਾਂ ਦੇ ਲਈ ਓਕੇ ਚਾਰ ਸੂਫੀ ਚਾਰ ਮਨਾਰ ਸੂਫੀ ਕਾਬਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਚਾਰ ਕਿਹੜੇ-ਕਿਹੜੇ ਹੈ ਕਿਨੇ ਜੀ ਬਾਬਾ ਫਰੀਦ ਜੀ ਪਹਿਲੇ ਨੰਬਰ ਦੇ ਉੱਪਰ ਚਾਰ ਮਨਾਰਾ ਜਿਹੜੇ ਕਿ ਸੂਫੀ ਕਾਬ ਦੇ ਦੂਸਰੇ ਹੈ ਗਿਆ ਜੀ ਸ਼ਾਹ ਹੁਸੈਨ ਦੂਸਰੇ ਹੈ ਗਿਆ ਸ਼ਾਹ ਹੁਸੈਨ ਤੀਸਰੇ ਹੈ ਗਿਆ ਸੁਲਤਾਨ ਬਾਹੂ ਸੁਲਤਾਨ ਬਾਹੂ ਅਤੇ ਚੌਥੇ ਹੈਗੇ ਸੀਗੇ ਜੀ ਬੁੱਲੇ ਸ਼ਾ ਇਹ ਚਾਰ ਥੰਮ ਨੇ ਜੀ ਜਿਹੜੇ ਕਿ ਸੂਫੀ ਕਾਬ ਦੇ ਮੰਨੇ ਜਾਂਦੇ ਹੈਗੇ ਓਕੇ ਇਹਨਾਂ ਦਾ ਅਸਲ ਨਾਮ ਵੀ ਨੋਟ ਕਰ ਲਿਓ ਜੀ ਬੁੱਲੇ ਸ਼ਾ ਦਾ ਅਸਲ ਨਾਮ ਇਹਨਾਂ ਦਾ ਜੀ ਅਬਦੁੱਲਾ ਸ਼ਾ ਅਬਦੁੱਲਾ ਸ਼ਾ ਇਹਨਾਂ ਦਾ ਅਸਲ ਨਾਮ ਹੈ ਜੀ ਬੁੱਲੇ ਸ਼ਾ ਦਾ ਰਚਨਾਵਾਂ ਦੇ ਵਿੱਚ ਗੱਲ ਕਰੀ ਗਈ ਤਾਂ ਇਹਨਾਂ ਦੀਆਂ 156 ਕਾਫੀਆਂ ਰਹੀਆਂ ਨੇਗੀਆਂ ਜਿਹਨੇ ਕਿ ਲਿਖੀਆਂ ਨੇ ਇਹਨਾਂ ਨੇ ਓਕੇ ਇੱਕ 12 ਮਾ ਰਿਹਾ ਹੈ ਇਹਨਾਂ ਦਾ ਜਿਹੜਾ ਕਿ ਇਹਨਾਂ ਦੇ ਦੁਆਰਾ ਲਿਖਿਆ ਗਿਆ ਹੈਗਾਗਾ ਤੀਸਰਾ ਹੈ ਜੀ 40 ਗੰਡਾਂ ਲਿਖੀਆਂ ਗਈਆਂ ਨੇ ਇਹਨਾਂ ਦੇ ਦੁਆਰਾ ਓਕੇ ਅਤੇ ਇੱਕ 812 ਲਿਖਿਆ ਗਿਆ ਹੈ ਇਹਨਾਂ ਦੇ ਦੁਆਰਾ 49 ਦੋੜੇ ਲਿਖੇ ਗਏ ਇਹਨਾਂ ਦੇ ਦੁਆਰਾ ਅਤੇ ਤਿੰਨ ਛੇ ਹਰਫੀਆਂ ਲਿਖੀਆਂ ਗਈਆਂ ਨੇ ਛੇ ਹਰਫੀਆਂ ਓਕੇ ਸੋ ਇਹ ਹੈ ਗਿਆ ਬੁਲਿਸ਼ਾ ਦੇ ਨਾਲ ਸੰਬੰਧ ਜਾਣਕਾਰੀ ਨੈਕਸਟ ਹੈ ਜੀ 67 ਨੰਬਰ ਫਰੀਦਕੋਟ ਜ਼ਿਲ੍ਹਾ ਕਦੋਂ ਬਣਿਆ ਗਿਆ ਜੀ 1972 ਦੇ ਵਿੱਚ 2004 ਦੇ ਵਿੱਚ 2017 ਦੇ ਵਿੱਚ ਜਾਂ 1986 ਦੇ ਵਿੱਚ ਸੋ ਫਰੀਦਕੋਟ ਜਿਹੜਾ ਹੈ ਜ਼ਿਲ੍ਹਾ ਬਣਿਆ ਹੈ 7 ਅਗਸਤ 1972 7 ਅਗਸਤ 1972 ਨੂੰ ਫਰੀਦਕੋਟ ਨੂੰ ਜਿਹੜਾ ਹੈ ਪੰਜਾਬ ਦਾ ਜ਼ਿਲ੍ਹਾ ਕੋਸ਼ਤ ਕੀਤਾ ਗਿਆ ਸੀਗਾ ਨੈਕਸਟ ਹੈ ਜੀ 68 ਨੰਬਰ ਹੀਰਾਂ ਦਾ ਕਿੱਸਾ ਕਿਸ ਨੇ ਲਿਖਿਆ ਹੈ ਵਾਰਿਸ਼ਾ ਨੇ ਦਮੋਦਰ ਨੇ ਪੀਲੂ ਨੇ ਜਾਂ ਭਗਵਾਨ ਸਿੰਘ ਨੇ ਸੋ ਹੀਰਾਂਜੇ ਦਾ ਕਿੱਸਾ ਸਭ ਤੋਂ ਵੱਧ ਫੇਮਸ ਜੇਕਰ ਆਪਾਂ ਗੱਲ ਕਰਕੇ ਤਾਂ ਉਹ ਵਾਰਿਸ ਸ਼ਾਹ ਦਾ ਹੈ ਜੀ ਕਿਉਂਕਿ ਵਾਰਿਸ ਸ਼ਾਹ ਨੇ ਜਿਹੜੀ ਪਹਿਲਾਂ ਰੀਤ ਚੱਲਦੀ ਆਉਂਦੀ ਸੀਗੀ ਮਤਲਬ ਮੌਖਿਕ ਤੌਰ ਦੇ ਉੱਪਰ ਚੱਲਦੀ ਆਉਂਦੀ ਸੀਗੀ ਉਹਨੂੰ ਲਿਖ ਕੇ ਪੇਸ਼ ਕਰ ਦਿੱਤਾ ਸੀ ਭਾਵ ਹੁਣ ਲਿਖਤੀ ਰੂਪ ਦੇ ਵਿੱਚ ਹੋ ਸਕਿਆ ਸੀਗਾ ਇਹ ਪਹਿਲਾ ਵਿਅਕਤੀ ਸੀਗਾ ਜੀ ਵਾਰਿਸ ਸ਼ਾਹ ਮੂਵੀ ਵੀ ਹੈ ਜੀ ਕਿ ਇਹਨਾਂ ਦੀ ਵਾਰਿਸ ਸ਼ਾਹ ਦੇ ਆਧਾਰ ਦੇ ਉੱਪਰ ਗੁਰਦਾਸਪਨਜੀ ਦੀ ਸੋ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਬੜਾ ਡੀਪਲੀ ਇਹਨਾਂ ਦੇ ਬਾਰੇ ਦੱਸਿਆ ਹੋਇਆ ਹੈਗਾ ਓਕੇ ਸੇ ਪਹਿਲੇ ਲੇਖਕ ਹੈ ਜੀ ਜਿਨ੍ਹਾਂ ਨੇ ਹੀਰਾਂਜੇ ਨੂੰ ਜਿਹੜਾ ਹੈ ਲਿਖਤੀ ਰੂਪ ਦਿੱ ਪੈਪਸੂ ਨੂੰ ਪੰਜਾਬ ਦੇ ਵਿੱਚ ਕਦੋਂ ਮਲਾਇਆ ਗਿਆ ਸੀਗਾ 1972 ਦੇ ਵਿੱਚ 1982 ਦੇ ਵਿੱਚ 1956 ਦੇ ਵਿੱਚ ਜਾਂ 1979 ਦੇ ਵਿੱਚ ਸੋ ਪੈਪਸੂ ਨੂੰ ਜਿਹੜਾ ਹੈ ਸਾਲ 1956 ਦੇ ਵਿੱਚ 1 ਨਵੰਬਰ ਨੂੰ ਮਲਾਇਆ ਗਿਆ ਸੀਗਾ ਜੀ ਪੈਪਸੂ ਜਿਹੜਾ ਹੈਗਾਗਾ ਪਟਿਆਲਾ ਐਂਡ ਈਸਟ ਪੰਜਾਬ ਦੇ ਨਾਲ ਸੰਬੰਧਿਤ ਜਿਹੜੀ ਹੈ ਇੱਕ ਕੌਂਸਲ ਸੀਗੀ ਵੀ ਜਿਸ ਦੇ ਵਿੱਚ ਅੱਠ ਰਾਜਸਥਾਨ ਨੇ ਜਿਹੜਾ ਹੈ ਆਪਣਾ ਵੱਖਰਾ ਸਿਸਟਮ ਉਹ ਸ਼ੁਰੂ ਕਰ ਲੱਗਾ ਸੀਗਾ ਇਹ ਅੱਠ ਰਾਜਸਥਾਨ ਨੇ ਮਿਲ ਕੇ 15 ਜੁਲਾਈ 15 ਜੁਲਾਈ 1948 ਨੂੰ ਆਜ਼ਾਦੀ ਤੋਂ ਬਾਅਦ ਆਪਣਾ ਇੱਕ ਵੱਖਰਾ ਸਮਰਾਜ ਬਣਾ ਲੇਤਾ ਸੀਗਾ ਓਕੇ ਇਹਨਾਂ 8 ਰਾਜਸਤਾਨ ਦੇ ਵਿੱਚ ਸੀਗੇ ਜਿਵੇਂ ਪਟਿਆਲਾ ਦੀ ਰਾਜਸਤ ਪਟਿਆਲਾ ਦਾ ਖੇਤਰ ਮਲੇਰਕੋਟਲਾ ਮਲੇਰਕੋਟਲਾ ਜੀਂਦ ਨਾਬਾ ਕਪੂਰਥਲਾ ਫਰੀਦਕੋਟ ਅਤੇ ਕਲ ਕਲਸੀਆਂ ਅਤੇ ਨਾ ਲਾਗੜ ਇਹ ਅੱਠ ਰਾਜਾਂ ਨੇ ਮਿਲ ਕੇ ਜਿਹੜਾ ਹੈ ਆਪਣਾ ਪ੍ਰਬੰਧ ਅਲੱਗ ਤੋਂ ਕਰ ਲੇਤਾ ਸੀ ਜਿਨ੍ਹਾਂ ਦੇ ਵਿੱਚ ਨੇ 1948 ਦੇ ਵਿੱਚ ਆਪਣਾ ਪਹਿਲਾ ਮੁੱਖ ਮੰਤਰੀ ਵੀ ਚੁਣ ਲੇਤਾ ਸੀਗਾ ਪਹਿਲਾ ਮੁੱਖ ਮੰਤਰੀ ਜਿਸ ਦਾ ਨਾਮ ਸੀਗੇ ਜੀ ਗਿਆਨ ਸਿੰਘ ਰੜੇਵਾਲ ਗਿਆਨ ਸਿੰਘ ਰੜੇਵਾਲ ਇਹ ਇਹਨਾਂ ਦਾ ਪਹਿਲਾ ਮੁੱਖ ਮੰਤਰੀ ਸੀਗਾ ਓਕੇ ਬਾਅਦ ਦੇ ਵਿੱਚ 1 ਨਵੰਬਰ 1956 ਨੂੰ ਜਦੋਂ ਭਾਸ਼ਾ ਦੇ ਆਧਾਰ ਦੇ ਉੱਪਰ ਰਾਜਾਂ ਨੂੰ ਬਣਨਾ ਸ਼ੁਰੂ ਕਰ ਦਿੱਤਾ ਸੀਗਾ ਕਾ ਫਜ਼ਲ ਸਾਹ ਅਲੀ ਕਮਿਸ਼ਨ ਦੇ ਇਜ਼ਹਾਰ ਦੇ ਉਪਰ ਤੋਂ ਬਾਅਦ ਜਿਹੜਾ ਹੈ ਇਸ ਨੂੰ 1 ਨਵੰਬਰ 1956 ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀਗਾ ਨੈਕਸਟ ਹੈ ਜੀ 70 ਨੰਬਰ ਬਾਬਾ ਫਰੀਦ ਦਾ ਜਨਮ ਕਿੱਥੇ ਹੋਇਆ ਸੀਗਾ ਮਲਤਾਨ ਦੇ ਵਿੱਚ ਹੋਇਆ ਇਲਾਹਾਬਾਦ ਦੇ ਵਿੱਚ ਹੋਇਆ ਬਠਿੰਡਾ ਚ ਹੋਇਆ ਜਾਂ ਪਟਿਆਲਾ ਚ ਬਾਬਾ ਫਰੀਦ ਦਾ ਜਨਮ ਜਿਹੜਾ ਹੈ ਉਹ ਮਲਤਾਨ ਦੇ ਕੈਥੋਵਾਲ ਖੇਤਰ ਦੇ ਵਿੱਚ ਹੋਇਆ ਸੀਗਾ ਜੀ ਇਹਨਾਂ ਦਾ ਜਨਮ ਬੱਕਰੀ ਬੱਕਰੀ ਤਰੀਕ ਨੇ ਪ੍ਰੈਜ਼ੈਂਟ ਕੀਤਾ ਗਿਆ ਬਟ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਨੇ ਉਹ 1173 ਈਸਵੀ ਦਾ ਸਮਾਂ ਮੰਨਦੀਆਂ ਨੇ ਅਤੇ 1266 ਤੱਕ ਜਿਹੜਾ ਇਹ ਰਹੇ ਸੀਗੇ 1173 ਤੋਂ ਲੈ ਕੇ ਓਕੇ ਇਹਨਾਂ ਦਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜਾ ਯੋਗਦਾਨ ਰਿਹਾ ਹੈਗਾ ਜੀ ਸੋ ਇਹਨਾਂ ਦੇ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਦਰਜ ਨੇ ਜੀ ਜਿਨ੍ਹਾਂ ਦੇ ਵਿੱਚੋਂ ਚਾਰ ਸ਼ਬਦ ਨੇ ਇਹਨਾਂ ਦੇ ਚਾਰ ਸ਼ਬਦਾਂ ਦੇ ਵਿੱਚੋਂ ਦੋ ਸ਼ਬਦ ਜਿਹੜੇ ਹੈ ਗਿਣਨੇਗੇ ਉਹ ਆਸਾ ਰਾਗ ਦੇ ਵਿੱਚ ਹੈ ਦੋ ਆਸਾ ਰਾਗ ਦੇ ਵਿੱਚ ਨੇ ਤੇ ਦੋ ਜਿਹੜੇ ਹੈ ਕਿੰਨੇ ਭਾਈ ਉਹ ਸੂਹੀ ਰਾਗ ਦੇ ਵਿੱਚ ਨੇ ਦੋ ਜਿਹੜੇ ਹੈਗੇ ਆ ਉਹ ਸੂਹੀ ਰਾਗ ਦੇ ਵਿੱਚ ਹੈ ਕਿਨੇ ਠੀਕ ਹੈ ਅਤੇ ਇਸ ਤੋਂ ਇਲਾਵਾ 112 ਸ਼ਲੋਕ ਨੇ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੇ ਨੇ ਜੋ ਕਿ ਬਾਬਾ ਫਰੀਦ ਜੀ ਦੇ ਨੇ ਕਿ ਨੈਕਸਟ ਹੈ ਜੀ 71 ਨੰਬਰ ਸ਼੍ਰੀਨਗਰ ਕਿਹੜੀ ਨਦੀ ਦੇ ਕਿਨਾਰੇ ਦੇ ਉਪਰਸਤਿਤ ਹੈ ਜੀ ਜੇਲਮ ਨਦੀ ਦੇ ਰਾਵੀ ਦੇ ਬਿਆਸ ਤੇ ਜਾਂ ਸਤਲੁਜ ਦੇ ਸ਼ੋਸ਼ਰੀ ਨਗਰ ਜਿਹੜਾ ਹੈ ਇਹ ਜੇਲਮ ਨਦੀ ਦੇ ਕਿਨਾਰੇ ਦੇ ਉਪਰਸਤਿਤ ਹੈ ਅਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਸਥਿਤ ਹੈਗਾਗਾ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 72 ਜੇਲਮ ਦਰਿਆ ਕਿਹੜੇ ਦਰਿਆ ਦੇ ਵਿੱਚ ਮਿਲਦਾ ਹੈ ਚਨਾਬ ਦੇ ਵਿੱਚ ਰਾਵੀ ਦੇ ਵਿੱਚ ਬਿਆਸ ਦੇ ਵਿੱਚ ਜਾਂ ਸਤਲੁਜ ਦੇ ਜੇਲਮ ਦਰਿਆ ਜਿਹੜਾ ਹੈ ਇਹ ਚਨਾਬ ਦਰਿਆ ਦੇ ਵਿੱਚ ਆ ਕੇ ਮਿਲ ਜਾਂਦਾ ਹੈ ਜੀ ਜਦੋਂ ਇਹ ਸ਼੍ਰੀਨਗਰ ਹੁੰਦਿਆਂ ਮਤਲਬ ਕਿ ਜੰਮੂ ਕਸ਼ਮੀਰ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਉਸ ਸਮੇਂ ਜਾ ਕੇ ਅੱਗੇ ਇਹ ਮਿਲ ਜਾਂਦਾ ਹੈ ਚਨਾਬ ਦਰਿਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਓਕੇ ਜੇਲਮ ਦਰਿਆ ਜਿਹੜਾ ਹੈ ਇਹਦਾ ਸੋਰਸ ਹੈਗਾ ਜੀ ਵੈਰੀ ਨਗ ਸਪ੍ਰਿੰਗ ਚਸ਼ਮਾ ਜੀ ਨੂੰ ਆਪਾਂ ਕਹਿੰਦੇ ਆ ਵੈਰੀ ਨਗ ਚਸ਼ਮਾ ਜਿਹੜਾ ਹੈ ਉੱਥੋਂ ਇਹ ਨਿਕਲਦਾ ਹੈਗਾ ਤੇ ਫਿਰ ਅੱਗੇ ਇਹ ਜੰਮੂ ਐਂਡ ਕਸ਼ਮੀਰ ਹੁੰਦਿਆਂ ਹੋਇਆਂ ਪਾਕਿਸਤਾਨ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਓਕੇ ਸੋ ਇਹ ਜਿਹੜਾ ਦਰਿਆ ਹੈ ਜੀ ਦੋ ਦੇਸ਼ਾਂ ਦੇ ਵਿੱਚ ਵਹਿੰਦਾ ਹੈ ਇੱਕ ਤਾਂ ਇੰਡੀਆ ਦੇ ਵਿੱਚ ਤੇ ਦੂਸਰਾ ਪਾਕਿਸਤਾਨ ਦੇ ਵਿੱਚ ਇਸ ਕਰਕੇ ਆਪਾਂ ਇਹਨੂੰ ਇੱਕ ਇੰਟਰਨੈਸ਼ਨਲ ਜਿਹੜਾ ਹੈ ਦਰਿਆ ਕਹਿ ਸਕਦੇ ਹਾਂ ਗਿਆ ਨੈਕਸਟ ਹੈ ਜੀ ਰਾਵੀ ਦਰਿਆ ਦਾ ਜਨਮ ਸਥਾਨ ਕਿਹੜਾ ਹੈ ਜੀ ਕਿਹੜਾ ਦਰਿਆ ਹੈ ਕੋਚੀ ਦਰਿਆ ਹੈ ਰੋਤਾਂਗ ਦਰਿਆ ਹੈ ਕੈਲਾਸ਼ ਪਰਬਤ ਹੈ ਜਾਂ ਖੈਬਰ ਦਰਿਆ ਹੈ ਸੋ ਰਾਵੀ ਦਰਿਆ ਦਾ ਜਿਹੜਾ ਜਨਮ ਸਥਾਨ ਹੈ ਜੀ ਉਹ ਹੈ ਰੋਤਾਂਗ ਦਰਿਆ ओके ਰੋ ਤਾਂਗ ਦਰੇ ਤੋਂ ਇਹ ਨਿਕਲਦਾ ਹੈਗਾਗਾ ਅਤੇ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਹੈਗਾਗਾ ਓਕੇ ਤਿੰਨ ਖੇਤਰਾਂ ਦੇ ਵਿੱਚੋਂ ਨਿਕਲਦਾ ਹੈ ਪਠਾਨਕੋਟ ਗਰਦਾਸਪੁਰ ਤੇ ਅੰਮ੍ਰਿਤਸਰ ਦੇ ਖੇਤਰ ਨੈਕਸਟ ਹੈ ਜੀ 74 ਨੰਬਰ ਭਾਰਤ ਵੰਡ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਵੰਡ ਕਿਹੜੀ ਸੰਧੀ ਰਾਹੀਂ ਹੋਈ ਸੀ ਸਿੰਧ ਜਲ ਸੰਧੀ ਭਾਰਤ ਪਾਕਿਸਤਾਨ ਜਲ ਸੰਧੀ ਸਿੰਧ ਬੇਸਨ ਯੋਜਨਾ ਜਾਂ ਦੁਆਬ ਜਲ ਸੰਧੀ ਭਾਰਤੀ ਵੰਡ ਤੋਂ ਬਾਅਦ ਸਿੰਧ ਜਲ ਸੰਧੀ ਹੋਈ ਸੀਗੀ ਜਿਹੜੀ ਕਿ ਸਾਲ 1960 ਦੇ ਵਿੱਚ ਹੋਈ ਸੀਗੀ ਇਸ ਸੰਧੀ ਦੇ ਅਨੁਸਾਰ ਕੀ ਹੋਇਆ ਸੀਗਾ ਕਿ ਭਈ ਸਾਡੇ ਪੰਜਾਬ ਦੇ ਵਿੱਚ ਪੰਜ ਦਰਿਆ ਸੀਗੇ ਓਕੇ ਜਿਨ੍ਹਾਂ ਦੇ ਵਿੱਚੋਂ ਤਿੰਨ ਦਰਿਆ ਤਾਂ ਜਿਹੜੇ ਸੀਗੇ ਉਹ ਪੰਜਾਬ ਨੂੰ ਦੇ ਦਿੱਤੇ ਸੀਗੇ ਠੀਕ ਹੈ ਹਾਂਜੀ ਤਿੰਨ دریا ਤਾਂ ਜਿਹੜੇ ਭਈ ਉਹ ਪੰਜਾਬ ਨੂੰ ਦੇ ਦਿੱਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਰਾਵੀ ਬਿਆਸ ਤੇ ਸਤਲੁਜ ਓਕੇ ਇਹਨਾਂ ਤਿੰਨਾਂ ਦਾ ਪਾਣੀ ਪੰਜਾਬ ਨੂੰ ਦਿੱਤਾ ਸੀਗਾ ਇਸ ਤੋਂ ਇਲਾਵਾ ਸਿੰਧ ਨਦੀ ਦੀਆਂ ਸਹਾਇਕ ਨਦੀਆਂ ਸੀਗੀਆਂ ਜੀ ਦੋ ਜਿਦੇ ਵਿੱਚ ਜੇਲਮ ਜੇਲਮ ਤੇ ਦੂਸਰੀ ਸੀਗੀ ਚਨਾਬ ਇਹਨਾਂ ਦੋਨਾਂ ਦਾ ਪਾਣੀ ਜਿਹੜਾ ਦੇ ਦਿੱਤਾ ਸੀਗਾ ਜੀ ਉਹ ਪਾਕਿਸਤਾਨ ਨੂੰ ਦੇ ਦਿੱਤਾ ਸੀਗਾ ਪਾਕਿਸਤਾਨ ਨੂੰ ਦੇ ਦਿੱਤਾ ਸੀਗਾ ਓਕੇ ਇਹ 1960 ਦੇ ਸਿੰਧ ਜਲ ਸਮਝੌਤੇ ਦੇ ਅਧੀਨ ਵੀ ਇਹ ਕਹਿ ਦਿੱਤਾ ਗਿਆ ਸੀਗਾ ਕਿ ਇਹਨਾਂ ਦੋ ਦਰਿਆਵਾਂ ਦਾ ਜੇਲਮ ਤੇ ਚਨਾਬ ਦਾ ਪਾਣੀ ਜਿਹੜਾ ਹੈ ਉਹ ਪੰਜਾਬ ਤੇ ਭਾਰਤ ਦੇ ਵਿੱਚ ਨਹੀਂ ਵਰਤੇ ਜਾਊਗਾ ਕੱਲੇ ਜੰਮੂ ਐਂਡ ਕਸ਼ਮੀਰ ਨੂੰ ਛੱਡ ਕੇ ਠੀਕ ਹੈ ਤਾਂ ਪਾਕਿਸਤਾਨ ਨੂੰ ਜਿਹੜਾ ਹੈ ਇਸ ਦੇ ਵਿੱਚ ਉਹ ਧਿਆਨ ਰੱਖਿਓ ਬਈ 80% ਪਾਣੀ ਜਿਹੜਾ ਹੈ ਉਹ ਦਿੱਤਾ ਜਾਂਦਾ ਹੈਗਾ ਸਿੰਧ ਦਰਿਆ ਦੇ ਵਿੱਚੋਂ ओके ਇੰਡੀਆ ਦੇ ਹਿੱਸੇ ਜਿਹੜਾ ਪਾਣੀ ਆਉਂਦਾ ਹੈਗਾ ਸਿੰਧ ਦਰਿਆ ਦੇ ਵਿੱਚੋਂ ਉਹ ਸਿਰਫ 20% ਆਉਂਦਾ ਹੈ ਆ ਕਾਫੀ ਬਾਰ ਪਰਸੈਂਟੇਜ ਪੁੱਛੀ ਜਾ ਚੁੱਕੀ ਹੈ ਜੀ ਪਾਕਿਸਤਾਨ ਨੂੰ 80% ਮਿਲਦਾ ਹੈ ਸਿੰਧ ਦਾ ਦਰਿਆ ਦਾ ਪਾਣੀ ਅਤੇ ਇੰਡੀਆ ਨੂੰ 20% ਮਿਲਦਾ ਹੈ ਨਾਲ ਹੀ ਇਹਨਾਂ ਦਰਿਆਵਾਂ ਦੀ ਜਿਹੜੀ ਵੰਡ ਕੀਤੀ ਗਈ ਸੀ ਉਹ ਵੀ ਮੈਂ ਮੈਂਸ਼ਨ ਕਰ ਦਿੱਤੀ ਹੈ ਨੈਕਸਟ ਹੈ ਜੀ ਲਾਸਟ ਕੁਐਸਚਨ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀਗਾ ਜੀ 11 ਸਤੰਬਰ 1845 ਤੋਂ ਲੈ ਕੇ 9 ਮਾਰਚ 1846 ਤੱਕ 10 ਸਤੰਬਰ 1845 ਤੋਂ ਲੈ ਕੇ 10 ਮਾਰਚ 1846 ਤੱਕ ਸੌਰੀ 15 ਮਾਰਚ 1840 ਸਾਲ ਤੱਕ 2 ਨੰਬਰ 1845 ਤੋਂ ਲੈ ਕੇ 20 ਮਾਰਚ 1846 ਤੱਕ ਜਾਂ ਫਿਰ 17 ਸਤੰਬਰ 1845 ਤੋਂ ਲੈ ਕੇ 9 19 ਮਾਰਚ 1846 ਤੱਕ ਦਾ ਸੋ ਪਹਿਲਾ ਐਂਗਲੋ ਸਿੱਖ ਯੁੱਧ ਜਿਹੜਾ ਹੈ ਉਹ 11 ਸਤੰਬਰ 1845 ਤੋਂ ਲੈ ਕੇ 9 ਮਾਰਚ 1846 ਦੇ ਵਿੱਚ ਸਮਾਪਤ ਹੁੰਦਾ ਹੈ ਇਸ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਟੋਟਲ ਪੰਜ ਲੜਾਈਆਂ ਹੁੰਦੀਆਂ ਨੇ ਜਿਦੇ ਵਿੱਚੋਂ ਸਭ ਤੋਂ ਪਹਿਲੀ ਸੀਗੀ ਜੀ ਮੁਦਕੀ ਦੀ ਲੜਾਈ ਇਹ ਅਗਲੇ ਕੁਐਸਚਨਾਂ ਤੇ ਤੁਹਾਨੂੰ ਮੈਂ ਹੋਰ ਦੱਸਦੇ ਮੰਗ ਲਈ ਬੁੱਧਕੀ ਦੀ ਲੜਾਈ ਦੂਸਰੀ ਜੜਾਈ ਸੀਗੀ ਜੀ ਫਰੋਸ਼ਾ ਦੀ ਲੜਾਈ ਜਿਹਨੂੰ ਫੇਰੂ ਦੀ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਫਰੋਸ਼ਾ ਦੀ ਲੜਾਈ ਤੀਸਰੀ ਲੜਾਈ ਸੀਗੀ ਜੀ ਬੱਦੋਬਾਲ ਦੀ ਲੜਾਈ ਸਦਿਆਨੇ ਕੋਲ ਪਿਆ ਜਾਂਦਾ ਹੈ ਬੱਦੋਬਾਲ ਦੀ ਲੜਾਈ ਚੌਥੀ ਲੜਾਈ ਸੀਗੀ ਜੀ ਅਲੀਬਾਲ ਦੀ ਲੜਾਈ ਅਲੀਬਾਲ ਦੀ ਲੜਾਈ ਤੇ ਪੰਜਵੀਂ ਲੜਾਈ ਸੀਗੀ ਤੇ ਆਖਰੀ ਲੜਾਈ ਸੀਗੀ ਜੀ ਸਭਰਾਉ ਦੀ ਲੜਾਈ ਸਭਰਾਉ ਦੀ ਲੜਾਈ ਤਾਂ ਟੋਟਲ ਇਹ ਪੰਜ ਲੜਾਈਆਂ ਹੋਈਆਂ ਸੀ ਇਹਨਾਂ ਪੰਜ ਲੜਾਈਆਂ ਦੇ ਵਿੱਚੋਂ ਕੱਲਾ ਬੱਦੋਬਾਲ ਦੀ ਲੜਾਈ ਦੇ ਵਿੱਚ ਸਿੱਖ ਜਿਹੜੇ ਆ ਉਹ ਜੇਤੂ ਰਹੇ ਸੀਗੇ ਸਿੱਖ ਬਾਕੀ ਸਾਰੀਆਂ ਲੜਾਈਆਂ ਦੇ ਵਿੱਚ ਜਿਹੜੇ ਹੈਗੇ ਨੇਗੇ ਅੰਗਰੇਜ਼ ਹੀ ਜਿੱਤੇ ਰਹੇ ਸੀਗੇ ਹਰ ਵਾਰੀ ਕੋਈ ਨਾ ਕੋਈ ਗਦਾਰੀ ਹੋ ਜਾਂਦੀ ਸੀ ਜਿਸ ਦੇ ਕਾਰਨ ਕਰਕੇ ਇਹ ਹਾਰ ਹੁੰਦੀ ਰਹੀ ਸੀਗੀ ओके okay? एसी ਆਪਣਾ ਇਹਦਾ ਸੈਸ਼ਨ ਵਿੱਚ ਜਿਸ ਦੇ ਵਿੱਚ 25 एमसीक्यू ਆਪਾਂ ਡਿਸਕਸ ਕੀਤੇ ਨੇ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹਿਣਗੇ ਔਰ ਅਗਰ ਅੱਛੇ ਤੁਸੀਂ ਇਸ ਨੂੰ ਕੋਆਪਰੇਟ ਕਰੋਗੇ ਤਾਂ ਹੋਰ ਵੀ ਬਹੁਤ ਸਾਰੇ ਸੈਸ਼ਨਸ ਤੁਹਾਨੂੰ ਪ੍ਰੋਵਾਈਡ ਕਰ ਦੇਵਾਂਗਾ ਅਗਰ ਉਹਨਾਂ ਜਿਆਦਾ ਰਿਸਪੌਂਸ ਨਾ ਮਿਲੇ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਹਨਾ ਕਲਾਸਸ ਬਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਪਲੀਜ਼ ਇਸ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਆਪਣੇ ਫਰੈਂਡਸ ਤੱਕ ਜ਼ਰੂਰ ਕਰ ਦਿਆ ਕਰੋ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਹੈ ਤਾਂ ਉਸ ਨੂੰ ਨਾਲ ਹੀ ਕਮੈਂਟਸ ਸੈਸ਼ਨ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਮੈਂਸ਼ਨ ਕਰ ਸਕਦੇ ਹੋ ਤਾਂ ਕਿ ਅਸੀਂ ਉਹਦੇ ਵਿੱਚ ਲੋੜੀਦਾ ਸਾਰ ਕਰਕੇ ਹੋਰ ਬੈਸਟ ਕਲਾਸ ਜਿਹੜੀ ਆ ਤੁਹਾਡੇ ਲਈ ਬਣਾ ਸਕੀਏ ਓਕੇ ਸੋ थैंक यू ਸੋਮਾ ਜੀ ਸੋ ਨੈਕਸਟ ਮਿਲਦੀ ਆ ਨੈਕਸਟ ਸੈਸ਼ਨ ਦੇ ਵਿੱਚ ਥੈਂਕ ਯੂ ਸੋ ਮਚ